ਕਿ ਏਜੰਸੀਆਂ ਤੇ ਪਰਚੀਆਂ ਦੀ ਸਿਆਸਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਬੁਲਝ ਕੇ ਰਹਿ ਗਿਆ ਇਸ ਤਰ੍ਹਾਂ ਦੀ ਨਫ਼ਰਤ ਤੇ ਬਦਲਾਖੋਰੀ ਦੀ ਰਾਜਨੀਤੀ ਜੋ ਕੱਖ ਨਹੀਂ ਕੱਢ ਹੋਣਾ ਹੈ ਨਾ ਭਗਵਾਨ ਤੁਹਾਨੂੰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਿਹਾ ਵਾ ਕਿ ਸਾਡੀ ਪਾਰਟੀ ਨੂੰ ਤਬਾਹ ਕਰ ਰਹੀ ਹੈ ਈਡੀ ਤੇ ਸੀਪੀਆਈ ਜੀ ਕੇਜਰੀਵਾਲ ਨੂੰ ਪੁੱਛਣਾ ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ ਭਾਨੇ ਸਿੱਧੂ ਤੇ ਚਾਰ ਪਰਚੇ ਮੇਰੇ ਤੇ ਠੂਠਾ ਪਰਚਾ ਲੱਖੇ ਤੇ ਪਹਿਲਾਂ ਜਿਹੜੀ ਪਰਚੀਆਂ ਸਾਰੀ ਸਿਆਸਤ ਹੈ ਇੰਨੀ ਮੋਬਿਲਾਈਜੇਸ਼ਨ ਤੁਹਾਡੇ ਟਾਈਮ ਵੀ ਹੋਈ ਹੁਣ ਬਾਹਨਾ ਸਿੱਧੂ ਲਈ ਵੀ ਹੋ ਰਹੀ ਹੈ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਹ ਤਾਂ ਕੋਈ ਬਦਲਾਪ ਨਹੀਂ ਹੈਗਾ ਇਹ ਤਾਂ ਬਦਲਾ ਸਿੱਧਾ ਸਿੱਧਾ ਕੀ ਉਹ ਕਾਉਂਟਰ ਪ੍ਰੋਡਕਟਿਵ ਹੋ ਗਿਆ ਬਾਹਨੇ ਸਿੱਧੂ ਲਈ ਜਿਹੜਾ ਤੁਸੀਂ ਇਕੱਠ ਕੀਤਾ ਸਾਰਾ ਉਹਦੇ ਨਾਲ ਪੋਲਰਾਈਜੇਸ਼ਨ ਹੋਰ ਹੋ ਗਈ ਦੂਜੇ ਪਾਸੇ ਭਗਵੰਤੂ ਕੋ ਐਂ ਕਰ ਪੂਰੀ ਸਰਕਾਰ ਦੇ ਅੰਗਨਵਾੜੀ ਨੇ ਦੇ ਕਾ ਵਰਕਰ ਇਕੱਠੇ ਕਰ ਲਾ ਤੇ ਈ ਰੈਲੀ ਕੱਢ ਕੇ ਦਿਖਾ ਦੇ ਹੁਣ ਜਿਹੜੀ ਪੰਥਕ ਸੈਂਟੀਮੈਂਟ ਹੈ ਤੁਹਾਡੀ ਗੱਲਬਾਤ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈ ਤੁਸੀਂ ਸਕਿਉਰਲੀ ਉਹਨੂੰ ਫੋਕਸ ਕਰਕੇ ਆਪਣੀ ਗੱਲ ਕਰ ਰਹੇ ਹੋ ਚਾਹੇ ਤੁਹਾਡੇ ਉਸ ਸਪੀਚਸ ਨੇ ਚਾਹੇ ਤੁਹਾਡੇ ਇੰਟਰਵਿਊਜ਼ ਨੇ ਇਹਦੀ ਕੋਈ ਖਾਸ ਵਜ੍ਹਾ ਜੇ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਸਿੱਖਾਂ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਸਾਨੂੰ ਵੋਟ ਕੌਣ ਪਾਊਗਾ ਤੁਸਾਂ ਤੁਹਾਨੂੰ ਪਤਾ ਕਿ ਤੁਹਾਡੇ ਤੁਹਾਡੇ ਜਿਹੜੇ ਇੱਕ ਰਾਈਟ ਵਿੰਗ ਅਕਾਊਂਟ ਨੇ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਕਰਨ ਦੇ ਉਹਨਾਂ ਨੂੰ ਚੰਗੀ ਫਾਲੋਇੰਗ ਹੈ ਤੁਸਾਂ ਹਿੰਦੂ ਹੇਟਰ ਕਹਿੰਦੇ ਆ ਕੱਲ ਕੱਲ ਕਿਸੇ ਹਿੰਦੂ ਦੇ ਨਾਲ ਧੱਕਾ ਹੋਊਗਾ ਤੁਹਾਡੇ ਖਿਆਲ ਮੈਂ ਪਿੱਛੇ ਹਟੂੰਗਾ ਬਾਬਾ ਡੇਰਾ ਸੱਚਾ ਸੌਦਾ ਦੀ ਉਹ ਪਿਛਲੇ ਪੌਣੇ ਦੇ ਪੌਣੇ 2 ਸਾਲ ਦੀ ਕਿਉਂ ਰੋਕੀ ਹੋਈ ਹੈ ਤੇ ਫਿਰ ਤੁਸੀਂ ਕਾਂਕੇ ਸਰ ਦਾ ਮਸਲੇ ਜਿਹੜੀ ਕਾਂਗਰਸ ਸਰਕਾਰ ਉਸ ਵੇਲੇ ਦੀ ਸੀ ਉਹਦੇ ਰੋਲ ਨੂੰ ਫਿਰ ਤੁਸੀਂ ਕਿਦਾਂ ਦਿੰਦੇ ਹੋ ਉਹ ਵਿੱਚ ਹੀ ਹੈ ਪਰ ਉਹਨਾਂ ਨੇ ਕਦੇ ਕੰਡੈਮਨ ਵੀ ਨਹੀਂ ਕੀਤਾ ਝੂਠੇ ਪੁਸ਼ ਮੁਕਾਬਲੇ ਤੇ ਬਿਰਸਿੰਘ ਦੀ ਜੋ ਲਗੇ ਸੀ ਉਹ ਕਟੋਕਟ ਇਹ ਕੋ ਮੈਂ ਕੋ ਬਹੁਤਾ ਜਾਣਦਾ ਨਹੀਂ ਤੁਸੀਂ ਐਂ ਕਰੋ ਚੰਗਾ 99 ਬੰਦੇ ਤੁਸੀਂ ਕਹਿੰਦੇ ਜੀ ਅਸੀਂ ਠੀਕ ਮਾਰੇ ਇੱਕ ਵੀ ਇੱਕ ਬੇਗੁਨਾ ਮਾਰਿਆ ਗਿਆ ਉਹਦਾ ਹਿਸਾਬ ਕੌਣ ਦਊਗਾ ਇਹ ਵੀ ਕਿਹਾ ਜਾਂਦਾ ਵੀ ਜੇ ਬਿਆਨ ਸਿੰਘ ਤੋਂ ਲੈ ਕੇ ਭਗਵੰਤ ਮਾਨ ਤੱਕ ਝੂਠੇ ਪੁਰਸ ਮੁਕਾਬਲੇ ਕਦੋਂ ਹੋਣੇ ਨੇ ਕਿਵੇਂ ਹੋਣੇ ਨੇ ਇਹ ਇਹਨਾਂ ਦੇ ਹੱਥ ਚ ਨਹੀਂ ਹੈ ਡੀਪ ਸਟੇਟ ਤੈਅ ਕਰਦੇ ਜੇ ਤੁਹਾਡਾ ਚੀਫ ਮਿਨਿਸਟਰ ਇਡਾ ਕਮਜ਼ੋਰ ਆ ਕਿ ਉਹ ਡੀਪ ਸਟੇਟ ਨੂੰ ਹਥਿਆਰ ਸੌਟ ਰਿਹਾ ਕਿ ਤੁਸੀਂ ਚਲਾ ਲਓ ਦਿੱਲੀੋਂ ਜਿੱਦਾਂ ਹੁਣ ਚੱਲ ਰਿਹਾ ਭਗਵੰਤ ਮਾਨ ਦੇ ਸਾਡਾ ਕੀ ਪੂਰਾ ਕੱਲੇ ਭਗਵੰਤ ਮਾਨ ਦਾ ਮਸਲਾ ਨਹੀਂ ਨਾ ਬਲਕਿ ਕੋਈ ਵੀ ਚੀਫ ਮਿਨਿਸਟਰ ਆਇਆ ਪੰਜਾਬ ਦੇ ਦਿੱਲੀ ਸਾਹਿਬ ਨਹੀਂ ਚੱਲੇ ਆਈ ਐਮ ਵੈਰੀ ਸ਼ੋਰ ਕਿ ਦਿੱਲੀ ਤੁਹਾਨੂੰ ਇਹ ਇੰਨਾ ਤਾਂ ਨਹੀਂ ਮਨਾ ਸਕਦੀ ਕਿ ਸਾਡੇ ਹਿਸਾਬ ਦੇ ਨਾਲ ਆਪਣੇ ਆ ਡੀਪ ਸਟੇਟ ਪੋਲਿਸੀ ਇੰਪਲੀਮੈਂਟ ਕਰੋ ਤੁਸੀਂ ਉਹ ਤੇ ਆਰਗੂ ਕਰੋ ਤੇ ਸਮਝਾਓ ਕਿ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਦੋ ਸ਼ਬਦ ਨੇ ਜਿਹੜੇ ਕਾਫੀ ਚਰਚਾ ਦਾ ਵਿਸ਼ਾ ਰਹਿੰਦੇ ਨੇ ਇੱਕ ਸ਼ਬਦ ਹੈ ਏਜੰਸੀ ਦੂਸਰਾ ਸ਼ਬਦ ਹੈ ਪਰਚਾ ਕਦੇ ਏਜੰਸੀ ਸ਼ਬਦ ਜਿਹੜਾ ਹੈਗਾ ਉਹ ਜ਼ਿਆਦਾ ਭਾਰੂ ਹੋ ਜਾਂਦਾ ਚਰਚਾਵਾਂ ਦੇ ਵਿੱਚ ਕਦੇ ਪਰਚਾ ਇਸ ਵੇਲੇ ਪਰਚਾ ਸ਼ਬਦ ਜਿਹੜਾ ਹੈ ਉਹ ਭਾਰੂ ਹੋਇਆ ਹੋਇਆ ਉਹਦੀ ਵਜ੍ਹਾ ਹੈ ਕਿ ਪੰਜਾਬ ਦੇ ਵਿੱਚ ਚਾਹੇ ਕੋਈ ਸਿਆਸੀ ਆਗੂ ਹੈ ਚਾਹੇ ਕੋਈ ਸਮਾਜਿਕ ਕਾਰਕੁਨ ਹੈ ਇਸ ਵੇਲੇ ਪਰਚੀਆਂ ਦੀ ਮਾਰ ਚੱਲ ਰਹੇ ਨੇ ਪਹਿਲਾਂ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਹਵਾਲੇ ਨਾਲ ਇਹ ਚਰਚਾ ਸੁਣੀ ਹੈ ਹੁਣ ਭਾਨਾ ਸਿੱਧੂ ਦੇ ਹਵਾਲੇ ਨਾਲ ਇਹ ਚਰਚੇ ਚੱਲ ਰਹੇ ਨੇ ਝੂਠੇ ਪਰਚਿਆਂ ਦੇ ਇਹ ਪਰਚੇ ਝੂਠੇ ਨੇ ਸੱਚੇ ਨੇ ਇਹ ਤਾਂ ਅਦਾਲਤਾਂ ਨੇ ਦੱਸਣਾ ਪਰ ਜਿਹੜੇ ਇਹ ਸਾਰੇ ਹਾਲਾਤ ਨੇ ਉਹ ਕਿਸੇ ਨਾ ਕਿਸੇ ਪਾਸੇ ਇਸ ਕਿਸਮ ਦੀ ਸਿਆਸਤ ਨੂੰ ਇੰਡੀਆ ਦੇ ਰਹੇ ਨੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ ਜਿਹੜੇ ਖੁਦ ਇਹਨਾਂ ਦੀ ਮਾਰ ਚੱਲ ਚੁੱਕੇ ਨੇ ਤੇ ਉਹ ਭਾਨਾ ਸਿੱਧੂ ਉਹਨਾਂ ਦੇ ਲਈ ਵੀ ਆਵਾਜ਼ ਚੱਕ ਰਹੇ ਨੇ ਤਾਂ ਉਹ ਇਸ ਕਿਆਂ ਦੀ ਸਿਆਸਤ ਨੂੰ ਏਜੰਸੀਆਂ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਕਿਦਾਂ ਸਮਝ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਹਾਡਾ ਸਵਾਗਤ ਥੈਂਕ ਯੂ ਸੋ ਮਚ ਫਿਰ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਏਜੰਸੀਆਂ ਤੇ ਪਰਚੀਆਂ ਦੀ ਸਿਆਸਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਪੰਜਾਬ ਬੁਲਝ ਕੇ ਰਹਿ ਗਿਆ ਬਿਲਕੁਲ ਉਲਝ ਕੇ ਰਹਿ ਗਿਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਫ਼ਰਤ ਤੇ ਬਦਲਾਖੋਰੀ ਦੀ ਰਾਜਨੀਤੀ ਤੋਂ ਕੱਖ ਨਹੀਂ ਕੱਢ ਹੋਣਾ ਇਹਨਾਂ ਤੋਂ ਭਗਵੰਤ ਮਾਨ ਤੋਂ ਔਰ ਦੂਸਰੀ ਇੰਪੋਰਟੈਂਟ ਗੱਲ ਤੁਸੀਂ ਏਜੰਸੀ ਤੇ ਪਰਚਾ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਿਹਾ ਵਾ ਕਿ ਸਾਡੀ ਪਾਰਟੀ ਨੂੰ ਤਬਾਹ ਕਰ ਰਹੀ ਆ ਈਡੀ ਤੇ ਸੀਬੀਆਈ ਜੀ ਭਾਜਪਾ ਦੇ ਜ਼ਰੀਏ ਸਾਨੂੰ ਦਬਾਇਆ ਜਾ ਰਿਹਾ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਹਾਲਾਂਕਿ ਉੱਥੇ ਥੋੜੇ ਜਿਹਾ ਫੈਕਟਸ ਅਲੱਗ ਨੇ ਸ਼ਰਾਬ ਘੁਟਾਲੇ ਵਿੱਚ ਮਨੀਸ਼ ਸਸੋਡਿਆ ਸਵਾ ਸਾਲ ਦਾ ਅੰਦਰ ਆ ਸਤਿੰਦਰ ਚੈਨ ਡੇਢ ਸਾਲ ਦਾ ਅੰਦਰ ਆ ਉਹਨਾਂ ਦੀਆਂ ਜ਼ਮਾਨਤਾਂ ਸੁਪਰੀਮ ਕੋਰਟ ਨੇ ਰੱਦ ਕੀਤੀਆਂ ਨੇ ਜ਼ਮਾਨਤਾਂ ਦੇ ਵਿੱਚ ਲਿਖਿਆ ਰੱਦ ਕਰਨ ਵੇਲੇ ਕਿ 388 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੁੰਦੀ ਆ ਜੀ ਪਰ ਉਹ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਇਮਾਨਦਾਰ ਆ ਸਾਡਾ ੱਤਕਾ ਹੋ ਰਿਹਾ ਇੰਨਾ ਕੁਝ ਹੋਣ ਤੋਂ ਬਾਅਦ ਮੈਂ ਫਿਰ ਵੀ ਸਮਝਦਾ ਹਾਂ ਕਿ ਸੀਬੀਆਈ ਤੇ ਈਡੀ ਦੇਸ਼ ਵਿੱਚ ਜਿੰਨੀਆਂ ਪੋਲੀਟੀਕਲ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ ਜੀ ਪਰ ਇਹਨਾਂ ਨੂੰ ਪੁੱਛੋ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਦੇ ਵਿੱਚ ਹੂੰ ਤੁਸੀਂ ਤਾਂ ਉਹਨਾਂ ਨੂੰ ਵੱਧ ਜਿਆਦਾ ਜ਼ੁਲਮ ਕਰ ਰਹੇ ਹੋ ਯਾਰ ਮੇਰੇ ਆਰ ਕੇ ਬੰਦੇ ਤੇ ਐਨਡੀਪੀਐਸ ਦਾ ਐਕਟ ਜਮਾਨਤ ਹੁੰਦੀ ਹੈ ਤੇ ਨਾਲ ਦੂਜਾ ਪਰਚਾ ਜੀ ਔਰ ਦੂਜੇ ਪਰਚੇ ਦੀ ਵੜੈਤ ਸਾਬ ਬੜੀ ਇੰਟਰਸਟਿੰਗ ਫੈਕਟ ਆ ਇਹਨਾਂ ਨੇ ਬਣਾਇਆ ਕਿ ਜੀ ਮੈਂ ਜੇਲ੍ਹ 'ਚ ਬੈਠਿਆ ਹਾਲਾਂਕਿ ਜਦੋਂ ਮੈਂ ਜੇਲ੍ਹ 'ਚ ਬੈਠਾ ਮੈਂ ਅੰਦਰ ਸੋਲੀਟਰੀ ਕਨਫਾਈਨਮੈਂਟ ਸੀ ਹੂੰ ਮੇਰੀ ਜੇਲ੍ਹ ਵਿਦਿਨ ਜੇਲ੍ਹ ਸੀ ਜੀ ਬਾਹਰੋਂ ਤਾਲਾ ਲੱਗਾ ਸੀ ਤਿੰਨ ਸੰਤਰੀ ਬਿਠਾਏ ਹੋਏ ਸੀ ਦੋ ਕੈਮਰੇ ਲਾਏ ਹੋ ਬਾਹਰ ਤੇ ਅੰਦਰ ਬੈਰਕ ਚ ਵੀ ਕਮਰੇ ਚ ਟੈਲੀਫੋਨ ਦਾ ਤਾਂ ਸਵਾਲ ਹੀ ਨਹੀਂ ਰਣੂਗਾ ਹੈਗਾ ਮੋਬਾਈਲ ਫੋਨ ਮੈਨੂੰ ਮਿਲ ਜੂਵੇ ਕਦੀ ਜ਼ਿੰਦਗੀ ਦੇ ਵਿੱਚੋਂ ਕਿਉਂਕਿ ਮੈਂ ਤਾਂ 24 ਘੰਟੇ ਲੈਂਸ ਦੇ ਥੱਲੇ ਆ ਹੂੰ ਤਾਂ ਉਹ ਇਹ ਜਿਹੜਾ ਪਰਚਾ ਕੀਤਾ ਦੂਸਰਾ ਪੁਲਿਸ ਨੇ ਉਹਦੇ ਚ ਇੱਕ ਕਿਉਂਕਿ ਕਹਿੰਦੇ ਹੁੰਦੇ ਨਾ ਕਿ ਜਦੋਂ ਕੋਈ ਚੋਰ ਚੋਰੀ ਕਰਦਾ ਕੋਈ ਨਾ ਕੋਈ ਸਬੂਤ ਛੱਡ ਕੇ ਜਾਂਦਾ ਜੀ ਇਹਨਾਂ ਨੇ ਗਲਤੀ ਏਡੀ ਵੱਡੀ ਕੀਤੀ ਕਿ ਜਿਹੜੀ ਪੁਲਿਸ ਨੇ ਪਰਚਾ ਦਰਜ ਕੀਤਾ ਕਿ ਮੈਂ ਗਵਾਹ ਨੂੰ ਧਮਕਾਉਂਦਾ ਉਹ ਜਿੱਦਣ ਪਰਚਾ ਕਰ ਰਹੇ ਜਿੱਦਣ ਕੰਪਲੇਂਟ ਲੈ ਰਹੇ ਨੇ ਉਸ ਔਰਤ ਤੋਂ ਜਦੋਂ ਉਹ ਦੋ ਕੰਪਲੇਂਟਾਂ ਦਿੱਤੀਆਂ ਪੁਲਿਸ ਨੇ ਕਿ ਸਾਡੇ ਘਰ ਬੰਦੇ ਆਏ ਸਾਨੂੰ ਟੈਲੀਫੋਨ ਆਇਆ 15 ਅਕਤੂਬਰ ਤੇ 22 ਅਕਤੂਬਰ 2023 ਉਹ ਗਵਾਹੀ ਨਹੀਂ ਸੀ ਕਰਨ ਮੈ ਡਰਾਉਣਾ ਕਿਨੂੰ ਗਵਾਹ ਦਾ ਬਣਿਆ 30 ਅਕਤੂਬਰ ਨੂੰ ਜਾ ਕੇ ਠੀਕ ਹੈ ਉਹਨੇ ਪਹਿਲਾਂ ਵੀ ਪਰਚਾ ਝੂਠਾ ਕਰਤਾ ਠੀਕ ਹੈ ਮੈਂ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਤਾਂ ਜੇ ਮੈਂ ਪੁੱਛ ਰਿਹਾ ਸੀ ਮੈਂ ਕਹਿ ਰਿਹਾ ਸੀਗਾ ਕਿ ਭਗਵਾਨ ਤੇ ਇਹਨੂੰ ਇੱਕ केजरीवाल ਨੂੰ ਕੁਛ ਨਾ ਹੋਵੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ ਹੂੰ ਹੂੰ ਭਾਨੇ ਸਿੱਧੂ ਤੇ ਚਾਰ ਪਰਚੇ ਮੇਰੇ ਤੇ ਠੂਠਾ ਪਰਚਾ ਲੱਖੇ ਤੇ ਪਹਿਲਾਂ ਕਾਂਗਰਸ ਦੇ ਪਤਾ ਨਹੀਂ अनेका ਲੀਡਰ ਹੂੰ ਮਤਲਬ ਇਹਨਾਂ ਦੇ ਐਮਐਲਏ ਜਿਹੜੇ ਗਲਤ ਕੰਮ ਕਰ ਰਹੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਟਟਾਰੂ ਚੱਕ ਤੇ ਕੋਈ ਐਕਸ਼ਨ ਨਹੀਂਗਾ ਮਾਨੂ ਕਿਨੇ ਕੋਠੀ ਦਬਲੀ ਕੋਈ ਐਕਸ਼ਨ ਨਹੀਂਗਾ ਫੌਜਾ ਅਸਰਾਰੀ ਕੱਢਤਾ ਦੱਸਿਆ ਨਹੀਂ ਕਾਦੇ ਚ ਕੱਢਿਆ ਭ੍ਰਸ਼ਾਚਾਰ ਜੀ ਸਿੰਗਲੇ ਨੂੰ ਕੱਢਿਆ ਤੇ ਉਹ ਚਲਾਨੀ ਨਹੀਂ ਪੇਸ਼ ਕੀਤਾ ਜੀ ਠੀਕ ਹੈ ਇਹ ਚੱਲ ਰਿਹਾ ਹੈ ਪਰ ਇਹਦੇ ਵਿੱਚ ਇਹ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਭਾਨਾ ਸਿੱਧੂ ਦਾ ਜ਼ਿਕਰ ਕੀਤਾ ਹੁਣ ਤੁਹਾਡੇ ਨਾਲ ਵੀ ਇਹੀ ਹੋਇਆ ਪਰ ਜਿਹੜੀ ਪਰਚੀਆਂ ਦੀ ਸਾਰੀ ਸਿਆਸਤ ਹੈ ਇੰਨੀ ਮੋਬਿਲਾਈਜੇਸ਼ਨ ਤੁਹਾਡੇ ਟਾਈਮ ਵੀ ਹੋਈ ਹੁਣ ਭਾਨਾ ਸਿੱਧੂ ਲਈ ਵੀ ਹੋ ਰਹੀ ਹੈ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਉਹ ਮੇਰਾ ਖਿਆਲ ਹੈ ਕਿ ਸੱਤਾ ਦੇ ਨਸ਼ੇ 'ਚ ਬਹੁਤ ਬੁਰੀ ਤਰ੍ਹਾਂ ਚੂਰ ਹੋ ਗਏ ਪਹਿਲਾਂ ਤਾਂ ਉਹਨਾਂ ਨੇ ਆਪਣੇ ਉਸੂਲ ਤੋੜੇ ਨੇ ਹੂੰ ਵੀ ਆਈਪੀ ਕਲਚਰ ਖਤਮ ਕਰਾਂ ਕਿ ਕਿਹੜਾ ਵੀ ਆਈਪੀ ਕਲਚਰ ਖਤਮ ਹੋਇਆ ਜੀ ਹੂੰ ਹੂੰ ਇੰਨੀ ਸ਼ਾਨੋ ਸ਼ੌਕਤ ਨਾਲ ਤਾਂ ਜਿੰਨਾ ਭਗਵੰਤ ਘੁੰਮ ਰਿਹਾ ਵਾ ਤੇ ਆ ਹੋਰ ਲੀਡਰ ਕੇਜਰੀਵਾਲ ਤੇ ਰਾਗਵ ਚੱਡਾ ਇੰਨੇ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਅਸਲ ਰਜਵਾੜਾ ਸੀ ਜੀ ਉਹ ਨਹੀਂ ਘੁੰਮਿਆ ਹੂੰ ਹੂੰ ਜਹਾਜ਼ ਦੀ ਮਿੱਟੀ ਪਲੀ ਦੇ ਨਾ ਨੇ ਕੀਤੀ ਸਾਰੇ ਦੇਸ਼ ਲਈ ਫਿਰ ਸਾਡਾ ਖਰਚਾ ਹੂੰ ਹੂੰ ਪਬਲਿਸਿਟੀ ਦੀ ਇਹਨਾਂ ਨੇ ਹਰ ਕੋਈ ਬਿਜਲੀ ਦਾ ਖੰਭਾ ਹੀ ਨਹੀਂ ਛੱਡਿਆ ਸੁਵਰਾਜ ਕਹਿੰਦੇ ਸੀ ਲੋਕਾਂ ਨੂੰ ਪੁੱਛ ਕੇ ਕੰਮ ਕਰਿਆਂ ਕਰਾਂਗੇ ਕੱਲ ਲੋਕਾਂ ਨੇ ਇਕੱਠੇ ਹੋ ਕੇ ਦੱਸਤਾ ਕਿ ਤੂੰ ਗਲਤ ਕਰ ਰਿਹਾ ਉਹਦੇ ਕੋਟ ਦੁੰਨਾ ਪਿੰਡ ਭਾਨੇ ਸਿੱਧੂ ਦੇ 50 ਹਜ਼ਾਰ ਆਦਮੀ ਆ ਸ਼ਾਮ ਨੂੰ ਕਹਿੰਦੇ ਇੱਕ ਹੋਰ ਪਰਚਾ ਕਰਤਾ ਪਰ ਉਹ ਉਹੀ ਹੈ ਵੀ ਤੁਸੀਂ ਉਹ ਕਾਉਂਟਰ ਪ੍ਰੋਡਕਟਿਵ ਹੋ ਗਿਆ ਭਾਨੇ ਸਿੱਧੂ ਲਈ ਜਿਹੜਾ ਤੁਸੀਂ ਕੱਟ ਕੀਤਾ ਸਾਰਾ ਉਹਦੇ ਨਾਲ ਪ ਨੇ ਕੋਈ ਪੋਲਰਾਈਜੇਸ਼ਨ ਨਹੀਂ ਲੋਕਾਂ ਦੇ ਕੋਲ ਹੋਰ ਕੀ ਅਧਿਕਾਰ ਹੈ ਜਦੋਂ ਪੁਲਿਸ ਧੱਕਾ ਕਰਦੀ ਹੈ ਲੋਕੀ ਫਿਰ ਆਪਣਾ ਇਹ ਤਾਂ ਅਧਿਕਾਰ ਹੈ ਨਾ ਕਿ ਇਕੱਠ ਮੱਠ ਕਰਕੇ ਉਹ ਪ੍ਰੋਟੈਸਟ ਤਾਂ ਕਰ ਸਕਦੇ ਨੇ ਨਾ ਹਾਂ ਹਾਂ ਇਹ ਜਿਹੜੇ ਸਵਰਾਜ ਵਾਲੇ ਸੀ ਕਿ ਜੇ ਲੋਕਾਂ ਨੂੰ ਪੁੱਛਾਂਗੇ ਉਹ ਲੋਕਾਂ ਨੇ ਕੱਲ ਦੱਸਤਾ ਹਮ ਭਗਵੰਤ ਨੂੰ ਕੋ ਐਂ ਕਰ ਪੂਰੀ ਸਰਕਾਰ ਦੇ ਅੰਗਨਵਾੜੀ ਤਿੰਨੇ ਦੇਗਾ ਵਰਕਰ ਇਕੱਠੇ ਕਰ ਲਾ ਤੇ ਈ ਰੈਲੀ ਕੱਢ ਕੇ ਦਿਖਾ ਦੇ ਮੈਨੂੰ ਜੀ ਲੱਪਣੇ ਨੀਗੇ ਠੀਕ ਹੈ ਪਰ ਤੁਸੀਂ ਸਮਝਦੇ ਹੋ ਕਿ ਜਿਹੜੀ ਇਹ ਪੋਲਿਟਿਕਸ ਹੈ ਪਰਚੇ ਪਾਉਣ ਦੀ ਵਿਰੋਧੀਆਂ ਦੇ ਇਹ ਤਾਂ ਬਹੁਤ ਪਹਿਲਾਂ ਤੋਂ ਸ਼ੁਰੂ ਹੈ ਨਾ ਪੰਜਾਬ 'ਚ ਵੀ ਤੇ ਦੇਸ਼ 'ਚ ਵੀ ਤੇ ਆਪਾ ਭਗਵੰਤ ਮਾਨ ਸਿਕਰਲੀ ਬਲੇਮ ਕਿਉਂ ਇਹਨਾਂ ਨੇ ਵਧਾਇਆ ਨਾ ਉਸ ਨੂੰ ਹਮ ਇਹ ਕੀ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਬਦਲਾਅ ਇਹਦੇ 'ਚ ਵੀ ਆਉਣਾ ਚਾਹੀਦਾ ਸੀਗਾ ਹਮ ਹਮ ਕਿ ਬਦਲਾਖੋਰੀ ਨੀਤੀ ਦੇ ਵਿੱਚ ਅਸੀਂ ਨਹੀਂ ਪਾਵਾਂਗੇ ਹਾਂ ਕੋਈ ਜੈਨੂਅਲੀ ਜਿਹੜਾ ਕਰਪਟ ਆਦਮੀ ਆ ਤੁਸੀਂ ਉਹਨਾਂ ਦੇ ਖਿਲਾਫ ਪ੍ਰੋਸੀਡ ਕਰ ਦੇ ਜੀ ਇਹ ਤਾਂ ਹੁਣ ਸਾਰਿਆਂ ਜਿਹੜਾ ਮਾੜਾ ਜਿ ਇਹ ਤਾਂ ਵਿਜੀਲੈਂਸ ਤੇ ਪੁਲਿਸ ਚਾੜੀ ਤੁਰੇ ਆਉਂਦੇ ਚਾੜੀ ਤੁਰੇ ਆਉਂਦੇ ਨੇ ਇਹ ਤਾਂ ਕੋਈ ਬਦਲਾਪ ਨਹੀਂ ਹੈਗਾ ਇਹ ਤਾਂ ਬਦਲਾ ਸਿੱਧਾ ਸਿੱਧਾ ਹੂੰ ਹੂੰ ਦਿਸ ਇਜ਼ ਨੋ ਡਿਫਰੈਂਸ ਫਰਮ ਪੁਰਾਨੀਆਂ ਅਕਾਲੀਆਂ ਤੇ ਕਾਂਗਰਸ ਸਰਕਾਰ ਤਾਂ ਫਿਰ ਤੁਸੀਂ ਕੀ ਦੇਖਦੇ ਹੋ ਜਿਹੜੀ ਮਤਲਬ ਕੀ ਪੰਜਾਬ ਪੁਲਿਸ ਹੈ ਉਹ ਇੱਕ ਐਕਟ ਦੇ ਥੱਲੇ ਕੰਮ ਕਰਦੀ ਹੈ ਉਹਨਾਂ ਦੀ ਰਿਕਰੂਟਮੈਂਟ ਦਾ ਇੱਕ ਪ੍ਰੋਸੈਸ ਹੈ ਉਹਨਾਂ ਦੀ ਇੱਕ ਟ੍ਰੇਨਿੰਗ ਹੈ ਇੱਕ ਲਾ ਬਾਇਲਜ਼ ਨੇ ਤੇ ਉਹ ਜਿਹੜੀ ਫੋਰਸ ਹੈ ਫਿਰ ਉਹ ਉਹਨੂੰ ਉਹ ਨਹੀਂ ਰਿਸਿਸਟ ਕਰ ਪਾਉਂਦੀ ਜਾਂ ਉਹ ਹਰ ਟੂਲ ਦੇ ਤਰ੍ਹਾਂ ਕਿਉਂ ਹਰ ਫੋਰਸ ਵਿੱਚ ਹਰ ਸੋਸਾਇਟੀ ਦੇ ਹਰ ਹਿੱਸੇ ਵਿੱਚ ਸੰਗੇ ਬੰਦੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਜੀ ਪੰਜਾਬ ਪੁਲਿਸ ਦੀ ਫੋਰਸ ਵਿੱਚ ਬੜੇ ਅੱਛੇ ਕੰਪੀਟੈਂਟ ਅਫਸਰ ਜਿਹੜੇ ਕਹਿੰਦੇ ਅਸੀਂ ਨਹੀਂ ਕਰਨਾ ਮੇਰੇ ਕੇਸ ਵਿੱਚ ਹੋਇਆ ਹਮ ਜਿਹੜਾ ਜਲਾਲਾਬਾਦ ਥਾਣਾ ਉਹਦਾ ਡੀਆਈਜੀ ਰੇਂਜ ਦਾ ਹੈਗਾ ਫਿਰੋਜ਼ਪੁਰ ਦਾ ਡੀਆਈਜੀ ਜੀ ਐਸਆਈਟੀ ਤੋਂ ਉਹਦੀ ਬਣਨੀ ਚਾਹੀਦੀ ਸੀ ਉਹਨੂੰ ਪੁੱਛਿਆ ਗਿਆ ਬੁਲਾ ਕੇ ਕਹਿੰਦਾ ਮੈਂ ਨਹੀਂ ਕਰਨਾ ਜੀ ਐਸਐਸਪੀ ਉਹਦੋਂ ਪਲੇਅਰ ਸੀ ਦੈਟ ਲੇਡੀ ਵੈਰੀ ਆਨਰੇਬਲ ਲੇਡੀ ਅਵਨੀਤ ਕੌਰ ਅਵਨੀਤ ਕੌਰ ਹਾਂਜੀ ਉਹਨਾਂ ਨੇ ਜਵਾਬ ਦਿੱਤਾ ਇਹਨੂੰ ਇਹਨਾਂ ਨੇ ਫਿਰ ਜਿਹੜਾ ਬੰਦਾ ਲੱਭਿਆ ਉਹ ਜਲੰਧਰੋਂ ਲਿਆਂਦਾ ਉਹਨੇ ਫਿਰ ਆਪਣੇ ਸਾਰੇ ਬੰਦੇ ਜਲੰਧਰੋਂ ਪਾਏ ਐਸਆਈਟੀ ਬਣਾਈ ਹੂੰ ਹੂੰ ਉਹਦੇ ਨਾਲ ਕੀ ਪ੍ਰੋਮਿਸ ਹੋਇਆ ਸੀਗਾ ਉਹ ਮਿਲ ਗਿਆ ਬਣ ਗਿਆ ਹੂੰ ਕਮਿਸ਼ਨਰ ਪੁਲਿਸ ਜਲੰਧਰ ਹੂੰ ਸੋ ਫੋਰਸ ਵਿੱਚ ਇਦਾਂ ਦੇ ਬੰਦੇ ਨੇ ਜਿਹੜੀ ਪੋਸਟਿੰਗਸ ਨੂੰ ਲੈਣ ਵਾਸਤੇ ਕਿਉਂਕਿ ਪੋਸਟਿੰਗਾਂ ਜਿਹੜੀਆਂ ਨੇ ਪ੍ਰਾਈਮ ਪੋਸਟਿੰਗਾਂ ਵਿੱਚ ਪੈਸੇ ਬਣਦੇ ਨੇ ਪੈਸੇ ਕਮਾਉਣ ਵਾਸਤੇ ਇਹਨਾਂ ਤੋਂ ਜੋ ਮਰਜ਼ੀ ਕਰਾ ਲਓ ਗਲਤ ਠੀਕ ਹੈ ਜਦੋਂ ਤੁਸੀਂ ਬਾਹਰ ਆਏ ਹੋ ਉਦੋਂ ਤੋਂ ਲੈ ਕੇ ਪਹਿਲਾਂ ਵੀ ਤੁਸੀਂ ਚੱਕਦੇ ਸੀ ਪਰ ਬਹੁਤ ਮੁਖਰ ਰੂਪ ਦੇ ਵਿੱਚ ਹੁਣ ਜਿਹੜੀ ਪੰਥਕ ਸੈਂਟੀਮੈਂਟ ਹੈ ਤੁਹਾਡੀ ਗੱਲਬਾਤ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈ ਤੁਸੀਂ ਸਕਿਉਰਲੀ ਉਹਨੂੰ ਫੋਕਸ ਕਰਕੇ ਆਪਣੀ ਗੱਲ ਕਰ ਰਹੇ ਹੋ ਚਾਹੇ ਤੁਹਾਡੇ ਉਹ ਸਪੀਚਸ ਨੇ ਚਾਹੇ ਤੁਹਾਡੀਆਂ ਇੰਟਰਵਿਊਜ਼ ਨੇ ਇਹਦੀ ਕੋਈ ਖਾਸ ਵਜ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਤੁਸੀਂ ਬਚਪਨ ਚ ਆਪਣੇ ਘਰ ਚ ਵੱਡੇ ਹੁੰਨੇ ਹੋ ਉਹ ਜਿਹੜੇ ਵੀ ਸੰਸਕਾਰ ਤੁਹਾਨੂੰ ਮਿਲਦੇ ਨੇ ਉਹ ਆਪਣੇ ਪਿਤਾ ਮਾਤਾ ਤੋਂ ਮਿਲਦੇ ਨੇ ਹਮ ਹਮ ਤੋਂ ਮੇਰੇ ਫਾਦਰ ਨੂੰ ਮੈਂ ਦੇਖਦਾ ਰਿਹਾ ਆ I was born in a kkali family ਹਮ Till I joined Congress in 1997 ਹਮ at the age of around 32 34 sorry 33 34 ਜੀ ਮੈਂ ਕਾਲੀ ਸੀ ਨਾ ਸੀ ਮੈਨੂੰ ਗੱਲ ਕਹਿਣ ਸੰਗ ਥੋੜੋ ਹੈਗੀ ਆ ਹਮ ਹਮ ਅਕਾਲੀ ਦਲ ਇੱਕ ਅੱਛੀ ਪਾਰਟੀ ਆ ਪੰਜਾਬ ਦੀ ਹਮ ਔਰ ਅਕਾਲੀ ਦਲ ਜਿਹੜੀ ਆ ਉਹ ਮਤਲਬ ਪੰਜਾਬ ਦੇ ਹਕੂਕ ਲਈ ਪੰਜਾਬ ਦੀ ਧਰਤੀ ਤੋਂ ਖੂਕ ਮਾਰਦੀ ਆ ਹੂੰ ਹੂੰ ਤਾਂ ਇਸ ਕਰਕੇ ਜਿਹੜੇ ਮੁੱਦੇ ਹੁਣ ਸੁਖਬੀਰ ਹੁਣਾਂ ਨੇ ਛੱਡ ਦਿੱਤੇ ਨੇ ਫੱਟਾ ਤਾਂ ਉਹ ਅਕਾਲੀ ਦਲ ਦਾ ਵਾ ਤਾਂ ਵਿਚਾਰਤਾ ਰਹੇ ਨੀਗੀ ਹੂੰ ਤੇ ਜੇ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਮੈਂ ਨਹੀਂ ਕਹਿੰਦਾ ਕਿ ਮੈਂ ਅਕਾਲੀ ਬਣ ਜਾਣਾ ਕੁਝ ਲੋਕੀ ਇਹ ਤੋਂ ਕਾਫੇ ਲਾਉਂਦੇ ਨੇ ਹੂੰ ਹੂੰ ਮੈਂ ਇਹ ਕਹਿਣਾ ਕਿ ਜਿਹੜੇ ਕੰਮ ਅਕਾਲੀਆਂ ਨੂੰ ਕਰਨੇ ਚਾਹੀਦੇ ਸੀ ਉਹ ਮਸਲੇ ਉੱਠਣੇ ਚਾਹੀਦੇ ਨੇ ਜੀ ਸਿੱਖਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਬਹੁਤ ਕੁਝ ਕੀਤਾ ਜਾ ਰਿਹਾ ਵਾ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਆ ਵੱਧ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੱਲਾਂ ਉਹ ਛੱਡੀਆਂ ਨੇ ਹੂੰ ਹੂੰ ਕਿਉਂਕਿ ਇਹਨਾਂ ਨੇ ਤਾਂ ਭਾਜਪਾ ਦੇ ਨਾਲ ਰਹਿੰਦੇ ਹੋਏ ਜੰਮੂ ਕਸ਼ਮੀਰ ਦੇ ਦੋ ਟੋਟੇ ਹੋਏ ਯੂਟੀ ਬਣੀ ਉਹਨੂੰ ਵੋਟਾਂ ਪਾਈਆਂ ਨੇ ਹੂੰ 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 ਵੱਧਕਰ ਵੱਧਧਕਰਾਂ ਦੀ ਗੇਮ ਖਤਮ ਹੋ ਗਈ ਉਹਦਨ ਨਹੀਂ ਬਿਲਕੁਲ ਸਾਰਾ ਪਤਾ ਹੈ ਪਰ ਬਹੁਤ ਸਾਰੇ ਲੋਕ ਕਹਿੰਦੇ ਇਹ ਗੱਲਾਂ ਸੈਂਟੀਮੈਂਟਲ ਤੌਰ ਤੇ ਠੀਕ ਨੇ ਸੋਸ਼ਲ ਮੀਡੀਆ ਤੇ ਪਪੂਲਰ ਨੇ ਪਰ ਇਲੈਕਟੋਰਲ ਡਿਵਿਡੈਂਡਸ ਇਹ ਪੋਲਿਟਿਕਸ ਦੇ ਨਾਲ ਨਹੀਂ ਹੋਣਾ ਕਿਨੇ ਕਹਿ ਦਿੱਤਾ ਅੱਜ ਤੁਹਾਨੂੰ ਜੇ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਸਿੱਖਾਂ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਸਾਨੂੰ ਵੋਟ ਕੌਣ ਪਾਊਗਾ ਦੱਸੋ ਇਹ ਪ੍ਰੀਡੋਮੀਨੈਂਟਲੀ ਸਿੱਖ ਸਟੇਟ ਹੈ ਚਾਹੇ ਉਹ ਜੱਟ ਆ ਚਾਹੇ OBC ਆ ਚਾਹੇ SC ਆ ਮੈਂ ਮਜਬੂਤ ਸਿੱਖ ਦੇਖੇ ਏਡੇ ਉਹ ਚੰਗੇ ਵੱਡੇ ਸਰਦਾਰਾਂ ਨਾਲੋਂ ਅੱਛੇ ਸਿੱਖ ਨੇ ਨਹੀਂ ਪਰ ਦੂਜੇ ਪਾਸੇ ਪੋਲਰਾਈਜੇਸ਼ਨ ਵੀ ਤਾਂ ਹੁੰਦੀ ਹੈ ਨਾ ਫਿਰ ਇਹਨਾਂ ਸਾਰੀਆਂ ਗੱਲਾਂ ਮੈਂ ਇੱਕ ਥੋੜੋ ਕਹਿ ਰਿਹਾ ਕਿ ਕੱਲੇ ਸਿੱਖਾਂ ਦੀ ਗੱਲ ਕਰੋ ਸਿੱਖਾਂ ਦੀ ਵੀ ਕਰੋ ਹੂੰ ਹਿੰਦੂਆਂ ਦੀ ਵੀ ਕਰੋ ਡਟ ਕੇ ਹੂੰ ਕੱਲ ਕੱਲ ਕਿਸੇ ਹਿੰਦੂ ਦੇ ਨਾਲ ਧੱਕਾ ਹੋਊਗਾ ਤੁਹਾਡੇ ਖਿਆਲ ਮੈਂ ਪਿੱਛੇ ਹਟੂੰਗਾ ਤੁਹਾਨੂੰ ਪਤਾ ਕਿ ਤੁਹਾਡੇ ਤੁਹਾਡੇ ਜਿਹੜੇ ਇੱਕ ਰਾਈਟ ਵਿੰਗ ਅਕਾਊਂਟ ਨੇ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਕਾਫੀ ਦੇ ਉਹਨਾਂ ਦੀ ਚੰਗੀ ਫਾਲੋਇੰਗ ਹੈ ਉਹ ਤਾਂ ਹਿੰਦੂ ਹੇਟਰ ਕਹਿੰਦੇ ਆ ਚਲੋ ਜੋ ਮਰਜ਼ੀ ਕਹੀ ਜਾਣ ਜੀ ਉਹਨਾਂ ਦੇ ਕਹਿਣ ਨਾਲ ਕੀ ਫਰਕ ਪੈਂਦਾ ਜਦ ਤੱਕ ਮੇਰੀ ਆਤਮਾ ਸਾਫ਼ ਹੈ ਹਰ ਧਰਮ ਦਾ ਆਦਰ ਕਰੋ बिकॉज अकॉर्डिंग टू मी ਠੀਕ ਹੈ ਆਈ ਏ ਬੌਰਨ ਇਨ ਅ ਸਿਕ ਫੈਮਿਲੀ ਤਾਂ ਆਈ ਆਫਕੋਰਸ ਤਾਂ ਆਪਣੇ ਧਰਮ ਨਾਲ ਪਿਆਰ ਹੈ ਪਰ ਮੇਰਾ ਇਹ ਮੰਨਣਾ ਵਾ ਕਿ ਜਿਹੜਾ ਰੱਬ ਹੈ ਨਾ ਉਹਦੇ ਕਈ ਸ਼ਕਲਾਂ ਸੂਰਤਾਂ ਨੇ ਜੀ ਕਈ ਰਾਹ ਨੇ ਮੰਜ਼ਿਲ ਤਾਂ ਇੱਕ ਹੀ ਹੈ ਨਾ ਤੁਸੀਂ ਦੱਸੋ ਕਿਹੜਾ ਕਿ ਹਿੰਦੂਇਜ਼ਮ ਕਹਿੰਦਾ ਕਿ ਆਪਣਾ ਜਿਹੜਾ ਹੈਗਾ ਝੂਠ ਬੋਲੋ ਜ਼ੁਲਮ ਕਰੋ ਇਹ ਤਾਂ ਇਹ ਤਾਂ ਇਸਲਾਮ ਵੀ ਨਹੀਂ ਕਹਿੰਦਾ 크ਿਸਚੀਅਨਿਟੀ ਵੀ ਨਹੀਂ ਕਹਿੰਦੀ ਜੀ ਸਿੱਖ ਜੰਮੀ ਨਹੀਂ ਕਹਿੰਦਾ ਸੋ ਦੇਰਫੋਰ ਆਈ ਪਰ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਸਿੱਖ ਪੋਲਿਟਿਕਸ ਹੈ ਜਾਨੀ ਸਿੱਖ ਇਸ਼ੂ ਨੇ ਉਹ ਉਹ ਨਦਾਰਦ ਨੇ ਨਹੀਂ 100% ਦੇਰ ਇਜ਼ ਨੋਬਡੀ ਟੂ ਰੇਸ ਥੈਮ ਹੁਣ ਦੱਸੋ ਤੁਸੀਂ ਗੁਰਦੇਵ ਸਿੰਘ ਕੋਂਕੇ ਦਾ ਮਸਲਾ ਨਹੀਂ ਉਠਾਇਆ ਜਾਣਾ ਚਾਹੀਦਾ ਇੱਕ ਬੰਦਾ ਮਾਰਿਆ ਗਿਆ ਯਾਰ 31 ਸਾਲ ਤੋਂ ਇਨਸਾਫ ਨਹੀਂ ਮਿਲਿਆ ਰਿਪੋਰਟ ਤੁਹਾਡੇ ਕੋਲ ਪਈ ਆ ਜੀ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਣਾ ਚਾਹੀਦਾ ਉਹਦੇ ਵਿੱਚ ਹਿੰਦੂਆਂ ਨੂੰ ਕੀ ਤਕਲੀਫ ਹੈ ਦੱਸੋ ਸਮਝਾਓ ਮੁਸਲਮਾਨਾਂ ਨੂੰ ਕੀ ਤਕਲੀਫ ਹੈ ਹਮ ਹਮ ਦੋ ਸਿੱਖ ਨੌਜਵਾਨ ਮਰ ਗਏ ਬਹਿਬਲ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਭਗਵੰਤਮਾਨ ਨੇ ਜਿਹੜੀ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਹੈਗੀ ਹੈ ਹੋਮ ਡਿਪਾਰਟਮੈਂਟ ਨੇ ਬਾਬਾ ਡੇਰਾ ਸੱਚਾ ਸੌਦਾ ਦੀ ਉਹ ਪਿਛਲੇ ਪੌਣੇ ਪੌਣੇ 2 ਸਾਲ ਦੀ ਕਿਉਂ ਰੋਕੀ ਹੋਈ ਹੈ ਤੇ ਫਿਰ ਤੁਸੀਂ ਕੌਂਕੇ ਸਾਹਿਬ ਦੇ ਮਸਲੇ ਜਿਹੜੀ ਕਾਂਗਰਸ ਸਰਕਾਰ ਉਸ ਵੇਲੇ ਦੀ ਸੀ ਉਹਦੇ ਰੋਲ ਨੂੰ ਫਿਰ ਤੁਸੀਂ ਕਿੱਦਾਂ ਦਿੰਦੇ ਉਹ ਵਿੱਚ ਹੀ ਹੈ ਮੈਂ ਕਦੀ ਸੰਕ ਕੇ ਕਹੀ ਗੱਲ ਹੂੰ ਹੂੰ ਜਿਨ੍ਹਾਂ ਨੇ ਵੀ ਕੀਤਾ ਗਲਤ ਕੀਤਾ ਦੇਖੋ ਕੁਝ ਕੱਲਣਾ ਜੜੀਆਂ ਨੇ ਉਹ ਅਲਟੀਮੇਟਲੀ ਇਤਿਹਾਸ ਰਿਕਾਰਡ ਹੁੰਦੀਆਂ ਨੇ ਜੀ ਮੇਰੇ ਕਹਿਣ ਦਾ ਨਹੀਂ ਉਹ ਅ ਅੱਗੇ ਪਿੱਛੇ ਹੋਣੀ ਹੂੰ ਹੂੰ ਜੇ ਕਾਂਗਰਸ ਸਰਕਾਰ ਨੇ ਉਹ ਉਹਦੇ ਤੇ ਜ਼ਿਆਤੀ ਕੀਤੀ ਜਾਂ ਅਮਰਿੰਦਰ ਸਿੰਘ ਨੇ ਉਹਦੀ ਕੌਗਨੀਸ਼ੈਂਸ ਨਹੀਂ ਲਈ ਹਾਂ ਹੁਣ ਨਕਉਦਰ ਫਾਇਰਿੰਗ ਰਿਪੋਰਟ ਪਈ ਹੈ ਕਾਫੀ ਦਿਨ ਬਿਲਕੁਲ ਠੀਕ ਹੈ ਮਸਲਾ ਉੱਠਿਆ ਹੂੰ ਹੂੰ ਤਿੰਨ ਚਾਰ ਨੌਜਵਾਨ ਮਰੇ ਹੋਏ ਨੇ ਉਹਦੇ ਚ ਕੀ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਹੂੰ ਹੂੰ ਅਕਾਲੀ ਦਲ ਕਿਉਂ ਨਹੀਂ ਚੱਕਦਾ ਇਹ ਸੁਖਬੀਰ ਹੁਣੀ ਕਿਉਂ ਨਹੀਂ ਚੱਕਦੇ ਇਹ ਰਿਪੋਰਟਾਂ ਨੂੰ ਹੂੰ ਹੁਣ ਜੇ ਉਹ ਨਹੀਂ ਚੱਕਣਗੇ ਹੂੰ ਤੇ ਫਿਰ ਇਹ ਮੈਂ ਆਪਣੀ ਜਸਟ ਐਜ਼ ਅ ਹਿਊਮਨ ਯੂ ਨੋ ਅ ਐਜ਼ ਅ ਹਿਊਮਨ ਰਾਈਟ ਐਕਟੀਵਿਸਟ ਹੀ ਕਹਿ ਲਓ ਹੂੰ ਹੂੰ ਮੇਰਾ ਰਾਈਟ ਹੈ ਮੇਰਾ ਰਾਈਟ ਵੀ ਹੈ ਮੇਰਾ ਫਰਜ਼ ਵੀ ਹੈ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਕਾਂਗਰਸ ਇਹ ਕਿਦੋਂ ਕਹਿੰਦੀ ਹੈ ਕਿ ਤੁਸੀਂ ਆ ਮਸਲੇ ਨਾ ਚੁੱਕੋ ਬਿਨੇ ਵਸੇ ਇਹ ਪਰਸੈਪਸ਼ਨ ਬਣਾਈ ਹੋਈ ਹੈ ਨਹੀਂ ਪਰ ਉਹਨਾਂ ਨੇ ਕਦੇ ਕੰਡੈਮ ਵੀ ਨਹੀਂ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਤੇ ਬੈਨ ਸਿੰਘ ਦੀ ਜੋ ਲਗੇਸ਼ੀ ਆ ਉਹਨੂੰ ਓਨ ਵੀ ਕਰਦੇ ਨੇ ਤਾਂ ਉਹਦਾ ਫਾਇਦਾ ਕੀ ਹੋ ਰਿਹਾ ਦੱਸੋ ਮੈਨੂੰ ਸਮਝਾਓ ਹੂੰ ਕੋਈ ਵੀ ਜ਼ਿਆਤੀ ਜ਼ਿੰਦਗੀ ਚ ਕਰਕੇ ਜੀ ਪੂਸਿਓ ਤਾਂ ਫਾਇਦਾ ਕਿੱਦਾਂ ਘਟ ਸਕੋਗੇ ਸਮਝਾ ਦਿਓ ਮੈਨੂੰ ਹੂੰ ਹੂੰ ਜੋ ਦਿੱਲੀ ਵਿੱਚ ਹੋਇਆ ਨਹੀਂ ਫਿਰ ਤੁਸੀਂ ਪਾਰਟੀ ਵਾਲਿਆਂ ਨੂੰ ਕਹਿੰਦੇ ਨਹੀਂ ਆਪਣੀ ਪਾਰਟੀ ਵਾਲਿਆਂ ਨੂੰ ਵੀ ਘਟੋ ਘਟੇ ਇਹ ਕੋਈ ਮੈਂ ਕੋਈ ਬਹੁਤਾ ਜਾਣਦਾ ਨਹੀਂ ਜੀ ਕਿਤੇ ਬਹੁਤਾ ਜਿਆਦਾ ਜਿਸੋ ਕਿਤੇ ਜਾਨਣਾ ਕਹਿਣਾ ਤੁਹਾਡੇ ਖਲਕ ਮੈਂ ਇਦਾਂ ਨਹੀਂ ਹੈਗਾ ਅਗਰ ਕੋਈ ਦੇਖੋ ਹੁਣ ਅਜੈਂਡਾ ਕੋਈ ਹੋਰ ਹੈ ਵਿੱਚ ਮੈਂ ਆ ਲੈ ਕੇ ਬਹਿ ਜਾ ਜਦ ਮਸਲਾ ਕੋਈ ਆਊਗਾ ਤਾਂ ਮੈਂ ਉਹਦੇ ਚ ਡੈਫੀਨਿਟਲੀ ਸਮਝਾਉਂਗਾ ਐਂਡ ਆਈ ਐਮ ਵੈਰੀ ਸ਼ੋਰ ਦੇ ਵਿਲ ਅੰਡਰਸਟੈਂਡ ਜੇ ਤੁਸੀਂ ਉਹਨਾਂ ਨੂੰ ਤਰੀਕੇ ਨਾਲ ਸਮਝਾਓ ਕਿ ਇਹਦਾ ਆਪਾਂ ਨੂੰ ਪੰਜਾਬ ਦੇ ਵਿੱਚ ਕੋਈ ਲਾਭ ਨਹੀਂਗਾ ਹੂੰ ਦੇਖੋ ਹੁਣ ਸਾਡੇ ਲੀਡਰ ਪਾਰਟੀ ਦੇ ਵਿੱਚ ਲੀਡਰਸ ਕੁ ਆਪਣੇ ਆਪ ਨੂੰ ਨੈਸ਼ਨਲਿਸਟ ਪ੍ਰੋਜੈਕਟ ਕਰਦੇ ਰਾਸ਼ਟਰਵਾਦੀ ਕੋਈ ਮਾੜੀ ਗੱਲ ਨਹੀਂ ਜੀ ਹੂੰ ਹੂੰ ਉਹਨਾਂ ਨੂੰ ਐ ਲੱਗਦਾ ਕਿ ਹਾਈ ਕਮਾਂਡ ਸਾਡੇ ਨਾਲ ਤਾਂ ਖੁਸ਼ ਹੋ ਜੇ ਅਸੀਂ ਰਾਸ਼ਟਰਵਾਦ ਦਾ ਏਜੰਡਾ ਚੱਕਾਂਗੇ ਹੂੰ ਹੂੰ ਮੇਰਾ ਆਪਣਾ ਮੰਨਣਾ ਵਾ ਕਿ ਹਾਈ ਕਮਾਂਡ ਕੁਝ ਨਹੀਂ ਕਹਿੰਦੀ ਹੂੰ ਹੂੰ ਤੁਸੀਂ ਫੇਰ ਕੰਮ ਕਰੋ ਪੰਜਾਬ ਦੇ ਵਿੱਚ ਪੰਜਾਬ ਦੀ ਮੁੱਦੇ ਅਗਰ ਤੁਸੀਂ ਚੱਕੋਗੇ ਉਹਨਾਂ ਨੂੰ ਕੀ ਤਕਲੀਫ ਹੈ ਰਿਸਪੈਕਟ ਯਰ ਕੰਟਰੀ ਬਟ ਲਵ ਯੂ ਸਟੇਟ ਆਲਸੋ ਲਵ ਯੂ ਆਲ ਪੀਪਲ ਪਰ ਪਰ ਉਹਨਾਂ ਦੀ ਵੀ ਪਿੱਛੇ ਰੀਜ਼ਨ ਹੈ ਕਿਉਂਕਿ ਤੁਹਾਨੂੰ 2017 'ਚ ਵੀ ਤੁਹਾਨੂੰ ਪਤਾ ਹੈ ਕਿ 2022 ਦੀਆਂ ਜੋ ਚੋਣਾਂ ਬਿਲਕੁਲ ਐਂਡ ਤੇ ਸੀਗਾ ਪ੍ਰਚਾਰ ਰਾਹੁਲ ਗਾਂਧੀ ਵੀ ਆਇਆ ਸੀ ਲੁਧਿਆਣੇ ਤਾਂ ਉਦੋਂ ਇਹੀ ਦੱਸਿਆ ਜਾਂਦਾ ਵੀ ਖਾਲਿਸਤਾਨ ਆ ਜਾਊਗਾ ਹਰ ਵਾਰੀ ਇਹ ਚੀਜ਼ ਆਉਂਦੀ ਹੈ ਉਹ ਕਾਂਗਰਸ ਵੀ ਕਰਦੀ ਹੈ ਉਹ ਕੰਮ ਚਲੋ ਜੇ ਕਿਸੇ ਨੇ ਕੀਤਾ ਉਹਦੇ 'ਚ ਮੈਂ ਡਿਬੇਟਸ ਨਹੀਂ ਜਾਣਾ ਚਾਹੁੰਦਾ ਇਹ ਕੁਝ ਤਾਂ ਦੇਖੋ ਇਹ ਐਵੇਂ ਇੱਕ ਵੈਪਨਸ ਬਣੇ ਹੋਏ ਨੇ ਜੀ ਇੱਕ ਡਰਾਵਾ ਦੇ ਕੇ ਇੱਕ ਇੱਕ ਵਰਗ ਨੂੰ ਇਲੇਨੇਟ ਕਰਨਾ ਹੁੰਦਾ ਸਿਸਟਮ 'ਚ ਹੂੰ 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 ਪਰ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਪੰਜਾਬ ਦੇ ਵਿੱਚ ਇੰਨਾ ਚੰਗਾ ਭਾਈਚਾਰਾ ਵਾ ਜੀ ਔਰ ਸਿੱਖ ਜਿਹੜੇ ਨੇ ਜਿੰਨਾ ਤੱਕ ਮੇਰੀ ਅਕਲ ਜਾਂਦੀ ਆ ਇਹ ਹਜੂਮ ਚ ਐਕਟ ਨਹੀਂ ਕਰਦੇ ਹੂੰ ਹੂੰ ਦੇ ਆਰ ਨਾਟ ਮੌਬਸਟਰਸ ਹੂੰ ਹੂੰ ਤੇ ਇਕੱਲੇ ਦਾ ਇਕੱਲੇ ਤੋਂ ਇਕੱਲੇ ਤਾਂ ਸੈਟਲ ਕਰਦੇ ਨੇ ਹੂੰ ਹੂੰ ਪਰ ਨਿਹੱਥੇ ਬੰਦੇ ਨੂੰ ਮੌਬ ਚ ਕੋਈ ਐਵੇਂ ਕੋਈ ਇਨਸੀਡੈਂਟ ਹੋਇਆ ਹੋਗਾ ਆਈ ਕੈਨ ਨਾਟ ਸੇ ਬਟ ਨਾਰਮਲੀ ਦੇ ਡੂ ਨਾਟ ਡੂ ਜੀ ਔਰ ਹਿੰਦੂਆਂ ਦਾ ਸਿੱਖਾਂ ਦਾ ਸਾਡੇ ਸਾਰੇ ਪਿੰਡਾਂ ਦੇ ਵਿੱਚ ਹਿੰਦੂ ਰਹਿੰਦੇ ਨੇ ਹੂੰ ਹੂੰ ਵੀ ਲਵ ਥੈਮ ਦੇ ਲਵ ਅਸ ਸੋ ਮੱਚ ਸੋ ਜਦੋਂ ਕੋਈ ਦਿੱਲੀੋਂ ਬੈਠਾ ਪਾਕਿਸਤਾਨ ਦੇ ਖਿਲਾਫ ਹੇਟ ਕਰਦਾ ਵਾ ਨਹੀਂ ਪਰ ਜਿਹੜੇ ਉਹਨਾਂ ਦੀ ਪੈਰਵਾਈ ਕਰਦੇ ਨੇ ਉਹ ਗੱਲ ਕਹਿੰਦੇ ਨੇ ਵੀ ਸਿੱਖਾਂ ਨਾਲ ਧੱਕੇ ਦੀ ਗੱਲ ਕਰਦੇ ਨੇ ਸਾਰੇ ਲੀਡਰ ਪਰ ਜਿਹੜਾ ਹਿੰਦੂਆਂ ਨਾਲ ਧੱਕਾ ਹੋਇਆ ਚਾਹੇ ਮਿਲੀਟੈਂਸੀ ਚ ਹੋਇਆ ਜਾਂ ਜਦੋਂ ਵੀ ਹੋਇਆ ਜਿਹੜੇ ਬੇਗੁਨਾਹ ਮਾਰੇ ਗਏ ਉਹ ਵੀ ਗਲਤ ਸੀ ਹੂੰ ਗੁਨਾਹਗਾਰ ਅਗਰ ਕੋਈ ਸਜ਼ਾ ਹੋਈ ਕਿਸੇ ਨੂੰ ਦੈਟ ਇਜ਼ ਐਕਚੁਅਲੀ ਨਾਟ ਆਈ ਊਡ ਸਟਿਲ ਸੇ ਬਿਕੋਜ਼ ਆਈ ਆਈ ਡੋਨਟ ਬਲੀਵ ਇਨ ਵਾਇਲੈਂਸ ਹੂੰ ਬਿਕੋਜ਼ ਥੇਅਰ ਇਜ਼ ਅ ਕ੍ਰਿਮੀਨਲ ਜਸਟਿਸ ਸਿਸਟਮ ਹੁਣ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਗਲਤ ਨੇ ਹਮਮ ਇੱਕੋ ਇੱਕੋ ਤਰ੍ਹਾਂ ਦੇ ਹੋ ਰਹੇ ਨੇ ਹਮ ਇੱਕੋ ਹੀ ਐਫ ਆਈ ਆਰਸ ਦੇ ਵਿੱਚ ਸਟੋਰੀ ਬਿਚ ਕਰ ਇਟ ਇਜ਼ ਰੋਂਗ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਜੀ ਕਈ ਤਾੜੀਆਂ ਮਾਰਦੇ ਬਹੁਤ ਵਧੀਆ ਜੀ ਛੇਤੀ ਨਵੇੜਦਾ ਇੱਦਾਂ ਥੋੜੋ ਫਿਰ ਤੁਸੀਂ ਐਂ ਕਰੋ ਚੰਗਾ 99 ਬੰਦੇ ਤੁਸੀਂ ਕਹਿੰਦੇ ਜੀ ਅਸੀਂ ਠੀਕ ਮਾਰੇ ਇੱਕ ਵੀ ਇੱਕ ਬੇਗੁਨਾ ਮਾਰਿਆ ਗਿਆ ਜੀ ਉਹਦਾ ਹਸਾਬ ਕੌਣ ਦੇਊਗਾ ਜੀ ਤੁਸੀਂ ਫਿਰ ਬਸ ਆਈ ਡੋਨਟ ਬਲੀਵ ਇਨ ਐਨੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵੈਦਰ ਇਟ ਇਜ਼ ਆਫ any community ਤੋਂ ਫਿਰ ਇਹ ਵੀ ਕਿਹਾ ਜਾਂਦਾ ਵੀ ਜਿਆ ਬਿਆਨ ਸਿੰਘ ਤੋਂ ਲੈ ਕੇ ਭਗਵੰਤ ਮਾਨ ਤੱਕ ਝੂਠੇ ਪੁਰਸ ਮੁਕਾਬਲੇ ਕਦੋਂ ਹੋਣੇ ਨੇ ਕਿਵੇਂ ਹੋਣੇ ਨੇ ਇਹ ਇਹਨਾਂ ਦੇ ਹੱਥ 'ਚ ਨਹੀਂ ਹੈ ਡੀਪ ਸਟੇਟ ਤੈਅ ਕਰਦੀ ਹੈ ਦੇਖੋ ਜੇ ਤੁਹਾਡਾ ਚੀਫ ਮਿਨਿਸਟਰ ਇਡਾ ਕਮਜ਼ੋਰ ਆ ਕਿ ਉਹ ਡੀਪ ਸਟੇਟ ਨੂੰ ਹਥਿਆਰ ਛੱਟ ਰਿਹਾ ਕਿ ਤੁਸੀਂ ਚਲਾ ਲਓ ਦਿੱਲੀੋਂ ਜਿੱਦਾਂ ਹੁਣ ਚੱਲ ਰਹੀ ਭਗਵੰਤ ਮਾਨ ਦੀ ਸਾਡਾ ਕੀ ਕਸੂਰ ਹੈ ਦੇ ਵਿੱਚ ਫਿਰ ਆਪੇ ਮਰੂਗਾ ਜੀ ਆਪੇ ਹੀ ਖਮਿਆਜ਼ਾ ਭੁਗਤੂਗਾ ਆਪੇ ਉਹਦੇ ਅਦਾਲਤ ਵਿੱਚ ਹਿਸਾਬ ਦੇਊਗਾ ਹੂੰ ਨਹੀਂ ਪਰ ਕੱਲੇ ਭਗਵੰਤ ਮਾਨ ਦਾ ਮਸਲਾ ਨਹੀਂ ਨਾ ਮਤਲਬ ਕਿ ਕੋਈ ਵੀ ਚੀਫ ਮਿਨਿਸਟਰ ਆਇਆ ਪੰਜਾਬ ਦੇ ਵਿੱਚ ਪਿਛਲੇ 20 25 ਸਾਲਾਂ 'ਚ ਸਿንስ ਮਿਲਿਟੈਂਸੀ ਤਾਂ ਉਹ ਦਿੱਲੀ ਦੇ ਸਾਹਬ ਨਹੀਂ ਚੱਲਿਆ ਫਿਰ ਦੈਨ ਦੇ ਹੈਵ ਸਮਬਡੀ ਹੈਜ਼ ਟੂ ਸਟੈਂਡ ਅਪ ਹੂੰ ਆਈ ਐਮ ਵੈਰੀ ਸ਼ੋਰ ਕਿ ਦਿੱਲੀ ਤਾਂ ਉਹ ਇਹ ਇੰਨਾ ਤਾਂ ਨਹੀਂ ਮਨਾ ਸਕਦੀ ਕਿ ਸਾਡੇ ਹਿਸਾਬ ਦੇ ਨਾਲ ਆਪਣੇ ਆ ਡੀਪ ਸਟੇਟ ਪੋਲਿਸੀ ਇੰਪਲੀਮੈਂਟ ਕਰੋ ਤੁਸੀਂ ਉੱਥੇ ਆਰਗੂ ਕਰੋ ਉੱਥੇ ਸਮਝਾਓ ਕਿ ਨਹੀਂ ਕਰ ਸਕਦੇ ਸੀ ਜੀ ਵੱਤ ਤੋਂ ਵੱਤ ਤੁਸੀਂ ਜਾਓਗੇ ਨਾ ਹੂੰ ਹੂੰ ਲੋਕੀ ਫੇ ਬਣਾ ਦੇਣਗੇ ਹੂੰ ਤੁਸੀਂ ਬਿਕਰ ਹੁਣ ਅਮਰਿੰਦਰ ਸਿੰਘ ਆ ਜੀ ਜਦ ਤੱਕ ਲੋਕਪ੍ਰੀਆ ਰਿਹਾ ਕਿਸਾਨਾਂ ਦੀ ਗੱਲ ਕੀਤੀ ਸਿੱਖਾਂ ਦੀ ਗੱਲ ਕੀਤੀ ਦਰਬਾਰ ਸਾਹਿਬ ਦੇ ਐਕਸ਼ਨ ਦੇ ਖਿਲਾਫ ਉਹਨੇ استਿਫਾ ਦਿੱਤਾ વોਟਰ ਟਰਮੀਨੇਸ਼ਨ ਐਗਰੀਮੈਂਟ ਐਕਟ ਵਿਧਾਨ ਸਭਾ ਚ ਪਾਸ ਕੀਤਾ ਲੋਕੀ ਵਾਪਸ ਲੈ ਆਉਂਦੇ ਸੀ ਨਾ ਜਿੱਦੋਂ ਉਹਨਾਂ ਨੂੰ ਲੱਗਿਆ ਕਿ ਭਾਜਪਾ ਨਾਲ ਰਲ ਗਿਆ ਤਾਂ ਆਪਣੀ ਸੀਟ ਨਹੀਂ ਬਚਾ ਸਕਿਆ ਯਾਰ ਤਾਂ ਰਾਮ ਮੰਦਰ ਦੀ ਇਨੇਗ੍ਰੇਸ਼ਨ ਹੋਈ ਹੈ ਪੰਜਾਬ ਦੇ ਵਿੱਚ ਸਾਰੇ ਲੀਡਰਸ ਨੇ ਵਧਾਈਆਂ ਦਿੱਤੀਆਂ ਨੇ ਤੁਸੀਂ ਵੀ ਦਿੱਤੀਆਂ ਨੇ ਪਰ ਸਟਾਲਿਨ ਜਿਹੜੇ ਆਪਣੇ ਤਮਿਲਨਾਡੂ ਦੇ ਚੀਫ ਮਿਨਿਸਟਰ ਨੇ ਜਾਂ ਕੇਰਲਾ ਦੇ ਜਿਹੜੇ ਚੀਫ ਮਿਨਿਸਟਰ ਉਹਨਾਂ ਨੇ ਕਿਹਾ ਕਿ ਸਟੇਟ ਤੇ ਰਿਲੀਜੀਅਨ ਅਲੱਗ-ਅਲੱਗ ਹੋਣੀ ਚਾਹੀਦੀ ਨੇ ਸਟਾਲਿਨ ਨੇ ਇਹ ਵੀ ਕਿਹਾ ਕਿ ਜਿਹੜੀ ਮਸਜਿਦ ਢਾਈ ਗਈ ਹੈ ਇਹਦੀ ਕਾਦੀ ਵਧਾਈ ਦਈਏ ਵਧਾਈ ਵਧਾਈ ਦੇਣੀ ਇੱਕ ਗੱਲ ਹੈ ਅਕਸਰ ਇੱਕ ਧਰਮ ਦਾ ਮੰਦਿਰ ਬਣਿਆ ਵਾ ਤੇ ਕੋਈ ਗੱਲ ਨਹੀਂ ਲੇਕਿਨ ਜਿਹੜਾ ਅਗਰ ਸੰਵਿਧਾਨ ਪੜਾਂਗੇ ਇੰਡੀਆ ਐਜ਼ ਅ ਸੈਕੂਲਰ ਸਟੇਟ ਜੀ ਵੈਸੇ ਅਸੂਲਨ ਕਿਸੇ ਵੀ ਸਟੇਟ ਨੂੰ ਇੱਕ ਪਾਰਟਿਕੂਲਰ ਰਿਲੀਜੀਅਨ ਦੇ ਵਿੱਚ ਗਵਰਨਮੈਂਟ ਇੰਡਲਜੈਂਸ ਨਹੀਂ ਚਾਹੀਦੀ ਜੀ ਇਹਦੇ ਕੀ ਚਾਹੀਦਾ ਜੀ ਬੀਜੇਪੀ ਹਟ ਜਾਂਦੀ ਪ੍ਰਾਈਮ ਮਿਨਿਸਟਰ ਨੂੰ ਸਾਈਡ ਤੇ ਕਰ ਦਿੰਦੇ ਬੀਜੇਪੀ ਦਾ ਪ੍ਰੈਜ਼ੀਡੈਂਟ ਜੋ ਮਰਜ਼ੀ ਕਰੀ ਜਾਂਦਾ ਜੀ ਜਿੱਦਾਂ ਅਕਾਲੀ ਦਲ ਦਾ ਪ੍ਰਧਾਨ ਹਾਲਾਂਕਿ ਅਕਾਲੀ ਦਲ ਜਿਹੜਾ ਹੈਗਾ ਉਹ ਤਾਂ ਮੰਨਦਾ ਨਾ ਕਿ ਅਸੀਂ ਧਰਮ ਤੇ ਰਾਜਨੀਤੀ ਇਕੱਠੇ ਕਰਦੇ ਬਾਕੀ ਪਾਰਟੀਆਂ ਨਹੀਂ ਮੰਨਦੀਆਂ ਬਿਲਕੁਲ ਉਹ ਕਹਿੰਦੇ ਸਾਡਾ ਮੀਰੀ ਤੇ ਪੀਰੀ ਦਾ ਕਨਸੈਪਟ ਹੈ ਅਸੀਂ ਤਾਂ ਇਕੱਠੇ ਕਰਾਂਗੇ ਜੀ ਉਹ ਖਮਿਆਜ਼ਾ ਵੀ ਭੁਗਤਿਆ ਉਹਨਾਂ ਨੇ ਸੁਪਰੀਮ ਕੋਰਟ ਤੋਂ ਉਹਨਾਂ ਦਾ ਕੇਸ ਚੱਲ ਰਿਹਾ ਹਲੇ ਅਸ਼ਦ ਹੁਣ ਵੀ ਚੱਲਦਾ ਹੋਣਾ ਤੁਹਾਨੂੰ ਤੁਹਾਨੂੰ ਅਨੁਸਾਰ ਕਰ ਦਿਆਂਗੇ ਡੀ ਰੈਕਗਨਾਈਜ਼ ਹਾਂਜੀ 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 ਸੋ ਜੇ ਭਾਜਪਾ ਕਰਤਾ ਰਹੀ ਹੈ ਪਤਾ ਵੀ ਸਭ ਨੂੰ ਹੈਗਾ ਪਾਰਟੀ ਪੱਖ ਤੋਂ ਕਰ ਦਿੰਦੇ ਹੂੰ ਸਟੇਟ ਦੀ ਇਨਡਲਜੈਂਸ ਵੈਸੇ ਅਸੂਲਨ ਬਣਦੀ ਨਹੀਂ ਨਹੀਂ ਪਰ ਤੁਸੀਂ ਮੰਨਦੇ ਹੋ ਕਿ ਜਿਹੜੀ ਮਸਜਿਦ ਢਾਈ ਗਈ ਹੈ ਉਹਨੂੰ ਜਿੱਦਾਂ ਸੈਲੀਬ੍ਰੇਟ ਕੀਤਾ ਗਿਆ ਇਹ ਤਾਂ ਹਿੰਦੂ ਨੈਸ਼ਨਲਿਜ਼ਮ ਵੱਲ ਜਾ ਰਹੀ ਹੈ ਕੰਟਰੀ ਇਹ ਤਾਂ ਦੇਖੋ ਇਹ ਇਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ ਇਹ ਕਿਉਂਕਿ ਉਹਨਾਂ ਦੇ ਕੋਲ ਹੁਣ ਇਸ ਵਕਤ ਸਾਰਾ ਸਿਸਟਮ ਅਪਰੇਟਸ ਸਟੈਬਲਿਸ਼ਮੈਂਟ ਰਾਜ ਉਹਨਾਂ ਦਾ ਕਹਿਣਾ ਜਿਹੜਾ ਹੈਗਾ ਨਾ ਉਹ ਕਹਿੰਦੇ ਕਿ ਸਾਡੇ ਨਾਲ ਵੀ 3-400 500 ਸਾਲ 700 ਸਾਲ ਬਹੁਤ ਜ਼ੁਲਮ ਹੋਇਆ ਹ 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 ਉਹ ਤੁਸੀਂ ਗਲਤ ਕੰਮ ਕਿਉਂ ਕਰਦੇ ਆ ਤੁਸੀਂ ਵਿਕਰਮ ਜੀਠੀਆ ਦਾ ਨਾਮ ਲਿਆ ਮਤਲਬ ਕੀ ਕਿ ਉਹਨਾਂ ਦੇ ਨਾਲ ਧੱਕਾ ਹੋਇਆ ਪਰ ਬਹੁਤ ਸਾਰੇ ਲੋਕ ਜਿਹੜੇ ਕਾਨੂੰਨ ਦੇ ਮਾਹਰ ਨੇ ਜਿਹੜੇ ਉਹਨਾਂ ਨੇ ਜਿੰ ਤੁਸੀਂ ਵੀ ਸਭਤ ਪਹਿਲਾਂ ਉਹਨਾਂ ਦੇ ਖਿਲਾਫ ਮਸਲਾ ਚੁੱਕਿਆ ਚਿੱਟੇ ਦਾ ਜਦੋਂ ਤੁਸੀਂ ਉਹਦੇ ਵਿੱਚ ਸੀਗੇ ਕਾਂਗਰਸ 'ਚ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਉਹ ਵਿਕਟਿਮਾਈਜ਼ ਹੋਇਆ ਮੈਂ ਜਦੋਂ ਆਪ ਆ ਕੇਸ ਭੁਗਤਿਆ ਨਾ ਹੂੰ ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਨੇ ਫੈਕਟਸ ਕਨ ਕੋਕੀ ਤੇ ਮੈਨੂੰ ਦੱਸਣ ਲੱਗਦਾ ਟਾਈਮ ਲੱਗ ਜਾਣਾ ਜੀ 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 ਇੰਨਾ ਝੂਠ ਬੋਲੇ ਜਾਂ ਪ੍ਰੋਸੀਕਿਊਸ਼ਨ ਐ ਹਮ ਹਮ ਮੈਂ ਉੱਥੋਂ ਦਾਦਾ ਲਾਉਣਾ ਵਾ ਔਰ ਮੈਂ ਜੇਲ ਚ ਨੇ ਆਵਾ ਜੇਲ ਦੇ ਵਿੱਚ ਮੈਜੋਰਿਟੀ ਐਂਡੀਪੀਐਸ ਦੇ ਮੁਜਰਮ ਨੇ ਹਮ ਅੰਦਰ ਜੇਲ ਦੇ ਵਿੱਚ ਬਹੁਤ ਤੁਹਾਨੂੰ ਜਿੰਨੇ ਵੀ ਮੇਰਾ ਮੈਂ ਨੌਲੇਜ ਹਾਸਲ ਕੀਤੀ 50 60 ਪਰਸੈਂਟ ਐਂਡੀਪੀਐਸ ਦੇ ਪਰਚੇ ਝੂਠੇ ਨੇ ਹਮ ਵਾਈ ਨਾਟ ਹਿਸ ਕੇਸ ਕੁਡ ਆਲਸੋ ਬੀ ਰੌਂਗ ਹੂੰ ਹੂੰ ਵਾਇਦੀ ਹੁਣ ਭਗਵੰਤ ਮਾਨ ਨੇ ਡੇਢ ਸਾਲ ਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਹ ਵੀ ਤਾਂ ਰੋਲਾ ਪਾਉਂਦੇ ਸੀ ਬੋਰਡ ਲਵਾਏ ਸੀ ਇਹਨਾਂ ਨੇ ਜੀ ਉੱਥੋਂ ਤੁਹਾਨੂੰ ਕੀ ਨਜ਼ਰ ਆਉਂਦਾ ਵਾ ਹੂੰ ਹੂੰ ਕਿ ਪ੍ਰੋਬੇਬਲੀ ਉਹਨਾਂ ਕੋ ਤੱਤ ਹੀ ਨਹੀਂ ਇਕੱਠੇ ਹੋ ਰਹੇ ਤੱਤ ਨਹੀਂ ਹੋ ਰਹੇ ਇਕੱਠੇ ਤਾਂ ਫਿਰ ਹੂੰ ਤਾਂ ਜਗੀਰ ਕੌਰ ਉਹਨਾਂ ਬਾਰੇ ਵੀ ਤੁਸੀਂ ਬਿਆਨ ਦਿੱਤਾ ਕਿ ਤੁਹਾਡੇ ਤੋਂ ਤੱਕਾ ਤੱਕਾ ਹੋ ਗਿਆ ਤੁਸੀਂ ਕੀ ਤੱਕਾ ਕੀਤਾ ਉਹਨਾਂ ਨਾਲ ਤੱਕਾ ਮੈਂ ਇਦਾਂ ਨਹੀਂ ਕਿਹਾ ਸੀਗਾ ਮੈਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਮੇਰੇ ਉਹਨਾਂ ਦੇ ਖਿਲਾਫ ਬੋਲਣ ਚ ਜਾਂ ਕਿਸੇ ਐਕਸ਼ਨ ਨਾਲ ਅਗਰ ਉਹਨਾਂ ਨੂੰ ਕੋਈ ਝੋਟ ਪਹੁੰਚੀ ਆ ਤਾਂ ਆਏ ਸੈੱਟ ਕਿ ਮੈਂ ਇਸ ਨੂੰ ਰਿਪੇਅਰ ਕਰਨਾ ਹੂੰ ਔਰ ਮੈਂ ਉਹਨਾਂ ਨੂੰ ਔਰ ਇਸ ਕਰਕੇ ਕਿਉਂਕਿ ਮੇਰੀ ਗੈਰ ਹਾਜ਼ਰੀ ਬਚ ਉਹਨਾਂ ਨੇ ਵੀ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਤਾਂ ਮੈਂ ਇਦਾਂ ਬੇਫੂਫ ਇਨਸਾਨ ਤਾਂ ਹੈ ਨਹੀਂਗਾ ਕਿ ਜਿਹੜਾ ਬੰਦਾ ਮੇਰੀ ਸਪੋਰਟ ਕਰਦਾ ਤੇ ਮੈਂ ਉਹਨੂੰ ਨਿਕਲ ਕੇ ਕੰਡੈਮ ਕਰਾਂ ਚਲੋ ਜੋ ਪਾਸਟ ਹੋ ਗਿਆ ਮੈਂ ਕਹਾ ਕਿ ਜੋ ਔਰਵਰ ਐਜ਼ ਅ ਪਾਸਟ ਲੀਵ ਇਟ ਬਿਹਾਈਂਡ ਲੈਟਸ ਮੂਵ ਫਾਰਵਰਡ ਵਿਦ ਅ ਗੁੱਡ ਐਟਚੂ ਪਾਵਮ ਇਲੈਕਸ਼ਨ ਲੜਨ ਸਾਡੇ ਕਲਾਬ ਡਸਨਟ ਮੈਟਰ ਜੀ ਹੂੰ ਤੈਨੂੰ ਲੱਗਦਾ ਜਦੋਂ ਜੱਫੀ ਪਾਈ ਸੀਗੀ ਨਵਜੋਤ ਸਿੱਧੂ ਨੇ ਵਿਕਰਮ ਮਜੀਠੀਆ ਨੂੰ ਤਾਂ ਜਿਹੜੇ ਉਹਨਾਂ ਦੇ ਸਮਰਥਕ ਸੀ ਉਹਨਾਂ ਨੇ ਬਹੁਤ ਆਊਟਰੇਜ ਕੀਤਾ ਸੀ ਇਸ ਗੱਲ ਦਾ ਤੇ ਜਿਹੜੇ ਤੁਹਾਡੇ ਮੰਨਣ ਵਾਲੇ ਨੇ ਜਾਂ ਤੁਹਾਡੇ ਫਾਲੋਅਰ ਨੇ ਜਾਂ ਪੰਜਾਬ ਚ ਕਿਸੇ ਵੀ ਲੀਡਰ ਦੇ ਕੋਈ ਵੀ ਫਾਲੋਅਰ ਨੇ ਉਹ ਇੰਨੇ ਮਚਿਓਰ ਹੁੰਦੇ ਨੇ ਫਿਰ ਉਹ ਇਹ ਸਮਝਦੇ ਨਹੀਂ ਇਸ ਗੱਲ ਕਿਉਂਕਿ ਪਰਸਪਲ ਲੈ ਜਾਂਦੇ ਨੇ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਐਵੇਂ 1 2 3 4 ਪੀਪਲ ਕੇ ਜੀ ਮੈਂ ਕਿਹਾ ਫਿਰ ਮੈਂ ਮਤਲਬ ਕੋਈ ਮੇਰੀ ਸਪੋਰਟ ਮੇਰੇ ਬੇਟੇ ਨੂੰ ਫੋਨ ਕਰੇ ਉਹਦੀ ਵਾਈਫ ਨੇ ਮੇਰੀ ਵਾਈਫ ਨੂੰ ਫੋਨ ਕੀਤਾ ਜੀ ਜਿਹੜੀ ਐਮਐਲਏ ਸਾਡੇ ਸਤਕਾਰਯੋਗ ਭੈਣ ਜੀ ਅਗਲੀ ਮਜੀਠੀਆ ਜੀ ਤੇ ਮੈਂ ਕੁਝ ਵੀ ਨਾ ਕਹਾਂ ਯਾਰ ਹੂੰ ਹੂੰ ਇਟਸ ਜਸਟ ਇਨਸਾਨੀਅਤ ਯਾਰ ਤੇ ਤੁਸੀਂ ਜਦੋਂ ਜਾ ਕੇ ਆਏਓ ਪਹਿਲਾਂ ਵੀ ਗਏ ਸੀਗੇ ਤੁਹਾਡੀ ਫੈਮਿਲੀ ਕਿੱਦਾਂ ਮਤਲਬ ਕੀ ਤੁਹਾਡੇ ਤੁਹਾਡੀ ਵਾਈਫ ਜਾਂ ਤੁਹਾਡੇ ਬੋਟ ਹੁੰਦੇ ਸਾਰੇ ਜੀ ਐਵੇਂ ਆਪਾਂ ਜੋ ਮਰਜ਼ੀ ਕੇ ਜੇਲ ਤਾਂ ਜੇਲ ਲੈਣਾ ਨਾਲੇ ਦੇਖੋ ਜਾਂ ਤਾਂ ਮੈਂ ਗੁਨਾਹਗਾਰ ਹੁੰਦਾ ਜੀ ਮੈਂ ਤਾਂ ਬਿਲਕੁਲ ਮੈਨੂੰ ਇਹ ਤਾਂ ਇਸ ਕੇਸ ਇੱਕ ਮਸਲਾ ਲੈ ਕੇ ਸਿਰਫ ਮੇਰਾ ਕਨੈਕਸ਼ਨ ਗੁਰਦੇਵ ਸਿੰਘ ਇੱਕ ਆਦਮੀ ਜਿਹੜਾ ਜਿਹਨੂੰ ਸਜ਼ਾ ਹੋਈ ਹੈ ਫਾਜ਼ਲਖਾ ਦੇ ਇਸ ਜਲਾਲਾਬਾਦ ਦੇ ਕੇਸ ਸਿਰਫ ਕੋਲਾਂ ਤੋਂ ਅੱਗੇ ਕੁਝ ਨਹੀਂ ਗਾ ਮੇਰੇ ਹਲਕੇ ਦਾ ਬੰਦਾ ਸੀਗਾ ਮੈਂ ਕੋਲਾਂ ਚੱਕੀਆਂ ਨੇ ਮੈਂ ਸੁਣੀਆਂ ਨੇ ਮੈਂ ਕਦੇ ਕਹਿੰਦਾ ਹੀ ਨਹੀਂ ਕਿ ਨਹੀਂ ਹਾਂ ਬਾਕੀ ਸਭ ਕੁਝ ਫੈਬ੍ਰੀਕੇਟ ਕੀਤਾ ਗਿਆ ਹੂੰ ਹੂੰ ਇਹਦੇ ਦਾ ਕੋਈ ਨਿਰਪੱਖ ਜਾਂਚ ਹੋਊ ਕਿ ਕਿਸੇ ਵੇਲੇ ਜੀ ਜਦੋਂ ਨਿਰਪੱਖ ਜਾਂਚ ਹੋ ਗਈ ਜਿਨ੍ਹਾਂ ਨੇ ਜਿਨ੍ਹਾਂ ਨੇ ਝੂਠੇ ਫੈਕਟਸ ਕਢੇ ਨੇ ਆਪੇ ਸਜ਼ਾ ਭੁਗਤਣਗੇ ਜੀ ਪੰਜਾਬ ਦੀਆਂ ਜੇਲਾਂ ਦੇ ਬਾਰੇ ਲਗਾਤਾਰ ਚਰਚਾਵਾਂ ਹੁੰਦੀਆਂ ਨੇ ਚਾਹੇ ਕੋਰਟ ਹੈ ਜਾਂ ਕੋਈ ਵੀ ਹੈਗਾ ਤੇ ਆਪਾਂ ਦੇਖਿਆ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਵੀ ਕੋਰਟ ਨੇ ਕੌਗਨਿਡੈਂਸ ਲਿਆ ਤੁਸੀਂ ਜੇਲ੍ਹ ਰਹਿ ਕੇ ਆਏ ਹੋ ਤੁਹਾਡੇ ਕੀ ਸੁਜੈਸ਼ਨਸ ਨੇ ਕੋਈ ਇਹ ਜਿਹੜਾ ਬਾਹਰ ਕਲੇਮ ਕਰ ਰਹੇ ਨੇ ਉਹਦੇ ਉਲਟ ਚੱਲ ਰਿਹਾ ਕੰਮ ਸਾਰਾ ਉੱਥੇ ਜੀ ਜੇਲਾਂ ਵਿੱਚ ਸਭ ਕੁਝ ਚੱਲ ਰਿਹਾ ਵਾ ਮੋਬਾਈਲਸ ਵੀ ਹੈਗੇ ਨੇ ਹਰ ਕਿਸਮ ਦਾ ਡਰੱਗ ਹੈ ਪਰ ਪਹਿਲਾਂ ਲੈਜਿਟਿਮੇਟ ਡਰੱਗਿੰਗ ਕਰ ਲਈ ਆਪਾਂ ਗੱਲ ਹਜ਼ਾਰ ਆਦਮੀ ਨਾਬੇ ਜੇਲ੍ਹ ਵਿੱਚ ਰਹਿੰਦਾ 900 ਜਿਹੜਾ ਵਾ ਉਹ ਐਡੇ ਵੱਡੇ ਪੱਧਰ ਤੇ ਡਰੱਗੀ ਆ ਹੂੰ ਹੂੰ ਗੋਲੀਆਂ ਤੇ ਲੱਗੇ ਹੋਏ ਨੇ ਸਾਰੇ ਹੂੰ ਜਿਹੜੀ ਕਹਿੰਦੇ ਸੋ ਕਾਲ ਡੀਡਿਕਸ਼ਨ ਉਹ ਡੀਡਿਕਸ਼ਨ ਨਹੀਂ ਗੀ ਉਹ ਫਰਦਰ ਐਡਿਕਸ਼ਨ ਆ ਹੂੰ ਕੋਈ ਘਟਾ ਨਹੀਂ ਰਿਹਾ ਡੀਡਿਕਸ਼ਨ ਕੋਈ ਕਾਉਂਸਲਿੰਗ ਨਹੀਂ ਕਰ ਰਿਹਾ ਉੱਥੇ ਜਿੰਨੀਆਂ ਗੋਲੀਆਂ ਚੱਕੀ ਤੁਰੇ ਆਉਂਦੇ ਨੇ ਸਭ ਉਹ ਕਹਿੰਦੇ ਉਹ ਗੋਲੀ ਜਿਹੜੀ ਗੋਲੀ ਇਹ ਖਾਂਦੇ ਨੇ ਉਹਦੀ ਚੌਥਾ ਹਿੱਸਾ ਵੀ ਆਪਣੇ ਵਰਗਾ ਕੁ ਖਾਲੇ ਉਹ ਵੀ ਹੋਸ਼ ਹੀ ਹੋ ਜੇ ਉਹ ਦੋ ਦੋ ਤਿੰਨ ਤਿੰਨ ਘਾਰੇ ਨੇ ਦਿਨ ਦੇ ਵਿੱਚ ਕਿਉਂ ਡੀਡਿਕਸ਼ਨ ਦਾ ਕੁਝ ਨਹੀਂ ਉਹਨਾਂ ਨੂੰ ਕੁਝ ਬੁਗਸ ਹੈ ਜਿਹਦੇ ਪ੍ਰੋਫਾਈਲਿੰਗ ਹੈ ਤੁਹਾਡੀ ਅੰਦਰ ਜਿਹੜੇ ਕੈਦੀ ਨੇ ਜੀ ਉਹਦੇ ਵਿੱਚ ਕਿਹੜੇ ਲੋਕ ਨੇ ਸਿੱਖਾਂ ਸਿੱਖ ਨੇ ਹਿੰਦੂ ਨੇ ਨਹੀਂ ਉਹਦੇ ਚ ਰਲਵਾ ਮਿਲਵਾ ਮਾਂ ਮਾਂ ਜ਼ਿਆਦਾ ਤਾਂ ਪੰਜਾਬ ਦੇ ਬਿਕੋਜ਼ ਹੋਣਗੇ ਜ਼ਿਆਦਾ ਐਨਡੀਪੀਐਸ ਤੇ ਨੇ ਅੱਛਾ ਇਹ ਵਿਚਾਰੇ ਜਿਹੜਾ ਕੇਮਿਸਟ ਕੋਮੇਸੀ ਦੀਆਂ ਦੁਕਾਨਾਂ ਨੇ ਜਾਂ ਜਿਹੜੇ ਕੋਈ ਅੱਛਾ ਐਨਡੀਪੀਐਸ ਐਫਆਈਆਰ ਦੇ ਵੀ ਕੱਢ ਲਓ ਤੁਸੀਂ ਇੱਕ ਕੋਈ ਸਟੋਰੀ ਆ ਕਿ ਅਸੀਂ ਨਾਕੇ ਤੇ ਖੜੇ ਸੀਗੇ ਉਧਰੋਂ ਗੱਡੀ ਆ ਰਹੀ ਸੀਗੀ ਅਸੀਂ ਜਦੋਂ ਇਸ਼ਾਰਾ ਕੀਤਾ ਅਸੀਂ ਡਿੱਕੀ ਚੈੱਕ ਕੀਤੀ ਉਹਦੇ ਵਿੱਚੋਂ ਸਮਾਨ ਮਿਲ ਗਿਆ ਸਾਨੂੰ ਟਿਪੀਕਲ ਸਟੋਰੀ ਆ ਇਹਦਾ ਅਨਫੋਰਚੂਨੇਟਲੀ ਕਿਤੇ ਹਾਈ ਕੋਰਟ ਇੱਕ ਰਿ ਐਫ ਆਈ ਆਰ ਸੌਕ ਐਫ ਆਈ ਆਰ ਕਿਠੀ ਕਰਕੇ ਐਨਲਾਈਜ਼ ਕਰ ਉਹਨੂੰ ਪਤਾ ਲੱਗ ਜੂ ਕਿ ਝੂਠ ਚੱਲ ਰਿਹਾ ਵਾ ਜੀ ਤੁਸੀਂ ਕਹਿੰਦੇ ਕਿ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਜਦੋਂ ਤਾਂ ਹਿੰਦੁਸਤਾਨ ਬਣਿਆ ਸੀ ਪੰਜਾਬ ਦੀਆਂ ਜਾਂ ਸਿੱਖਾਂ ਦੀਆਂ ਤਾਂ ਫਿਰ ਇਸ ਨੇਸ਼ਨ ਬਿਲਡਿੰਗ ਦੇ ਵਿੱਚ ਪੰਜਾਬ ਨੇ ਲੱਗ ਕੇ ਕੀ ਹਾਸਲ ਕੀ ਕੀਤਾ ਕੱਟਾ ਹੀ ਪਿਆ ਅਜ ਤੱਕ ਤਾਂ ਦੇਖੋ ਸਾਡੇ ਪਾਣੀ ਖੁੱਸ ਗਏ ਨੇ ਸਾਡੀ ਆਬੋ ਹਵਾ ਖਰਾਬ ਹੋ ਗਈ ਆ ਸਾਡੇ ਕਿਸਾਨ ਮਰ ਰਹੇ ਨੇ ਹੂੰ ਆਈ ਡੋਨਟ ਥਿੰਕ ਉਹਨਾਂ ਨੇ ਕੋ ਕੋਸਰ ਛੱਡੀ ਸੀ ਫਾਰ ਨੇਸ਼ਨ ਬਿਲਡਿੰਗ ਹਮ ਡਿਫੈਂਸ ਫੋਰਸਸ ਵਿੱਚ ਸਭ ਤੋਂ ਕੰਟ੍ਰਿਬਿਊਸ਼ਨ ਜ਼ਿਆਦਾ ਸਿੱਖਾਂ ਦੇ ਮੰਨਦੇ ਆਂ ਆਪਾਂ ਜਦੋਂ ਸ਼ਹੀਦ ਹੁੰਦੇ ਬਾਰਡਰਾਂ ਦੇ ਆਪਣੇ ਵਿਚਾਰੇ ਮਰ ਕੇ ਆਉਂਦੇ ਨੇ ਫੂਡ ਕੰਟ੍ਰਿਬਿਊਸ਼ਨ ਵਿੱਚ ਕਿਸਾਨਾਂ ਨੇ ਬੇ ਤਹਾਸ਼ਰ ਉਹ ਲਦਾ ਕੀਤਾ ਪ੍ਰਾਪਤ ਭੁੱਖੇ ਹੋ ਗਏ ਵਿਚਾਰੇ ਹਮ ਸਪੋਰਟਸ ਵਿੱਚ ਯੋਗਦਾਨ ਪਾਇਆ ਹਮ ਕਿਹੜੀ ਗੱਲ ਵਿੱਚ ਯੋਗਦਾਨ ਨਹੀਂ ਪਾਇਆ ਇਹ ਮੈਨੂੰ ਪਤਾ ਲੱਗਣਾ ਚਾਹੀਦਾ ਵਾ ਹਮ ਹਮ ਪਰ ਦ ਮੂਮੈਂਟ ਇੰਡੀਆ ਬਿਕਮਸ ਇੰਡੀਪੈਂਡੈਂਟ ਦ ਫਰਸਟ ਆਨਸਲੋਟ ਇਜ਼ ਔਨ ਪੰਜਾਬ ਹਮ ਸਾਡੀ ਸਟੇਟ ਹੀ ਨਹੀਂ ਬਣਨ ਦਿੱਤੀ ਹਮ ਸਟੇਟ ਬਣਦੀ ਇਲਾਕੇ ਬਾਹਰ ਰਹਿ ਗਏ ਜੀ ਸਾਡੇ ਦਰਿਆਵਾਂ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਆਪੇ ਦੇ ਦਿੱਤਾ ਅਗੇਂਸਟ ਦੀ ਇੰਟਰਨੈਸ਼ਨਲ ਰਿਪੀਰੀਅਲ ਲਾ ਉਸੋ ਦੈਟ ਇਜ਼ ਅਚਾ ਦੈਟ ਇਜ਼ ਆਲਸੋ ਅਫੈਕਟ ਮੇਰੇ ਕਹਿਣ ਦਾ ਤਾਂ ਕੋਈ ਬਦਲਣਾ ਨਹੀਂ ਹੈਗਾ ਬਿਲਕੁਲ ਠੀਕ ਹੈ ਠੀਕ ਹੈ ਤਾਂ ਮੇਰਾ ਲਾਸਟ ਸਵਾਲ ਹੈ ਹੁਣ ਜਿਵੇਂ ਹਿੰਦੂ ਰਾਸ਼ਟਰ ਮੁਖਰ ਰੂਪ ਦੇ ਵਿੱਚ ਚੱਲ ਰਿਹਾ ਹੈ ਮਤਲਬ ਕਿ ਉਹਦਾ ਇੱਕ ਐਲਾਨ ਹੋ ਚੁੱਕਿਆ ਆਲਰੇਡੀ ਸਰਕਾਰੀ ਪੱਧਰ ਤੇ ਵੀ ਉਹ ਤੁਸੀਂ ਪੰਜਾਬ ਦਾ ਸਿੱਖਾਂ ਦਾ ਕੀ ਫਿਊਚਰ ਦੇਖਦੇ ਹੋ ਦੇਖੋ ਜੇ ਇੱਕ ਜੇ ਇਕੱਲੇ ਇੱਕ ਧਰਮ ਦੀ ਗੱਲ ਕੀਤੀ ਜਾਊਗੀ ਤਾਂ ਦੂਜੇ ਧਰਮਦਾਰ ਨਾਰਾਜ਼ ਹੀ ਹੋਣਗੇ ਹੁਣ ਯੂਸੀਸੀ ਦਾ ਬਿੱਲ ਲੈ ਕੇ ਆਉਣ ਲੱਗੇ ਨੇ ਯੂਨੀਫਾਰਮ ਸਿਵਲ ਕੋਰਟ ਉਤਰਾਖੰਡ ਚ ਉਹ ਪਹਿਲਾਂ ਟਰਾਈ ਕਰਨਗੇ ਜੇ ਸਾਰੇ ਚੱਲ ਗਏ ਸਾਰੇ ਦੇਸ਼ ਚ ਲਾਗੂ ਹੋਣਾ ਅਲਟੀਮੇਟਲੀ ਤਾਂ ਦੈਟ ਇਜ਼ ਅ ਡਾਇਰੈਕਟ ਥ੍ਰੈਟ ਟੂ 올 ਦਾ ਮੈਨੋਰਟੀਜ਼ ਨਾਟ ਓਨਲੀ ਸਿੱਖਸ ਬਟ ਆਲਸੋ ਮੁਸਲਿਮਸ ਕ੍ਰਿਸਚੀਅਨਸ ਜੈਨ ਬੋਧੀ ਦਲਿਤਸ ਦਲ ਵੀ 올 ਐ ਟਾਰਗੇਟ ਮਤਲਬ ਫਿਰ ਸਾਡੇ ਕੋਈ ਇਹ ਵੀ ਆਜ਼ਾਦੀ ਨਹੀਂ ਹੋਊਗੀ ਕਿ ਅਸੀਂ ਆਪਣੇ ਰੀਤੀ ਰਿਵਾਜ ਆਪਣੇ ਧਰਮ ਦੇ ਸਟਾਈਲ ਨਾਲ ਕਰ ਸਕੀਏ ਹਮ ਅਨੰਦਕਾਰ ਤੁਸੀਂ ਕਰਦੇ ਹੋ ਬਿਲਕੁਲ ਤੁਹਾਡਾ ਰਿਕਾਰਡ ਥੋੜਾ ਹੈ ਕਿਤੇ ਕਾਨੂੰਨ ਚ ਜੋ ਮਰਜੀ ਕਹੀ ਜਾਣ ਅਸੀਂ ਐ ਕਰਤਾ ਜਿ ਐ ਕਰਤਾ ਪਾਰਲੀਮੈਂਟ ਵਿੱਚ ਬਿਲ ਹਲੇ ਵੀ ਅਨੰਦਕਾਰ ਜੀ ਇਟ ਇਸ ਨਾਟ ਬੀਨ ਅਪਰੂਵਡ ਹਮ ਧੰਨਵਾਦ ਬਹੁਤ ਬਹੁਤ ਏਸ਼ੰਕਪਾਲ ਸਿੰਘ ਖੇਰਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚੈਲੰਜਸ ਬਾਰੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ